ਜੱਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਜਲ੍ਹਿਆਂਵਾਲਾ ਬਾਗ 'ਤੇ 100 ਸਾਲ ਪੂਰੇ ਹੋ ਕੇ ਉਸ ਤੋਂ ਬਾਅਦ ਸਮਾਗਮ ਹੋਏ, ਇਹ ਸਮਾਗਮ ਉਸ ਪੱਧਰ ਦੇ ਹੋਏ ਕਿ ਨਹੀਂ ਹੋਏ, ਸਵਾਲ ਉੱਥੇ ਜਾ ਕੇ ਰੁਕਦਾ ਸੀਗਾ, ਪਰ ਇਸ ਤੋਂ ਸਵਾਲ ਅੱਗੇ ਜਾ ਕੇ ਪੁੱਛਿਆ ਜਾਣ ਲੱਗ ਪਿਆ ਕਿ ਸਮਾਗਮ ਵਿੱਚ ਹਾਜ਼ਰੀ ਕਿੰਨੇ ਭਰੀ। ਇਸ ਹਾਜ਼ਰੀ ਦੇ ਨਾਲ ਸਵਾਲ ਇਹ ਉੱਠ ਗਿਆ ਰਾਸ਼ਟਰ ਭਗਤੀ ਅਤੇ ਪਰਿਵਾਰ ਭਗਤੀ ਵਾਲਾ। ਇਹ ਸਵਾਲ ਕਠੂਆ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਰੈਲੀ ਦੇ ਵਿੱਚ ਉਠਾਇਆ ਅਤੇ ਨਿਸ਼ਾਨੇ 'ਤੇ ਸੀ ਕੈਪਟਨ ਅਮਰਿੰਦਰ ਸਿੰਘ। ਨਿਸ਼ਾਨਾ ਇੱਥੋਂ ਤੱਕ ਰੁਕਦਾ ਤਾਂ ਠੀਕ ਸੀਗਾ, ਉਸ ਤੋਂ ਬਾਅਦ ਇਹ ਸਵਾਲ ਆ ਜਿਹੜਾ ਉਸ 'ਤੇ ਵਾਰ ਪਲਟਵਾਰ ਦਾ ਸਿਲਸਿਲਾ ਸ਼ੁਰੂ ਹੋਇਆ। ਕਾਂਗਰਸ ਨੇ ਪੁੱਛਿਆ ਬਾਦਲਾਂ ਬਾਰੇ, ਸਵਾਲ ਇੱਥੇ ਆ ਕੇ ਰੁਕ ਗਿਆ ਅਤੇ ਅਸੀਂ ਸਵਾਲ ਕਿਉਂ ਪੁੱਛਾਂਗੇ ਕਿਹੜੀ ਭਗਤੀ 'ਚ ਕੌਣ ਉਲਝਿਆ। ਕਾਂਗਰਸ ਕੇ ਮੁੱਖ ਮੰਤਰੀ ਗਾਇਬ ਥੇ, ਮੋਦੀ ਸਾਹਿਬ ਨੇ ਕੀ ਮਹਿੰਦੀ ਲਾ ਰੱਖੀ। ਬਹਿਸ ਕਿਉਂ ਕਰ ਰਹੇ ਤਾਂ ਦੱਸ ਦਈਏ, ਬਹਿਸ ਇਸੇ ਕਰ ਰਹੇ ਹਾਂ, ਮੋਦੀ ਵਰਸਸ ਕੈਪਟਨ ਹੋ ਗਿਆ। ਜਲ੍ਹਿਆਂਵਾਲਾ ਬਾਗ 'ਤੇ ਸਾਕੇ ਦੀ ਸ਼ਤਾਬਦੀ ਦੇ ਸਰਕਾਰੀ ਸਮਾਗਮਾਂ 'ਤੇ ਸਿਆਸਤ ਜਾਰੀ ਹੈ। ਕਠੂਆ ਰੈਲੀ ਵਿੱਚ ਪੀਐਮ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਇਲਜ਼ਾਮ ਲਾਇਆ, ਰਾਸ਼ਟਰ ਭਗਤੀ ਤਾਂ ਪਰਿਵਾਰ ਭਗਤੀ 'ਚ ਉਲਝੇ ਕੈਪਟਨ ਅਮਰਿੰਦਰ, ਇਹ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ। ਕੇਂਦਰ ਸਰਕਾਰ ਦੇ ਪ੍ਰੋਗਰਾਮ ਦਾ ਕੈਪਟਨ ਨੇ ਕੀਤਾ ਬਾਈਕਾਟ, ਇਹ ਵੀ ਮੋਦੀ ਨੇ ਕਿਹਾ। ਉਪ ਰਾਸ਼ਟਰਪਤੀ ਪ੍ਰੋਗਰਾਮ 'ਚੋਂ ਗਾਇਬ ਰਹੇ ਕੈਪਟਨ ਰਾਹੁਲ ਨਾਮ ਮਸਰੂਫ ਸਨ, ਇਹ ਵੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ। ਕੈਪਟਨ ਦੀ ਦੇਸ਼ ਭਗਤੀ 'ਤੇ ਕੋਈ ਸ਼ੱਕ ਨਹੀਂ, ਪਰ ਉਹਨਾਂ ਦੀ ਵੀ ਮਜਬੂਰੀ ਹੋਵੇਗੀ, ਇਹ ਵੀ ਪ੍ਰਧਾਨ ਮੰਤਰੀ ਨੇ ਕਿਹਾ। ਮੋਦੀ ਦੇ ਕੈਪਟਨ ਦੇ ਦਿੱਤੇ ਬਿਆਨ 'ਤੇ ਸੁਨੀਲ ਜਾਖੜ ਦਾ ਤਿੱਖਾ ਪ੍ਰਤੀਕਰਮ ਆਇਆ ਕਿ ਮੋਦੀ ਬਾਦਲਾਂ ਨੂੰ ਇਹ ਸਵਾਲ ਪੁੱਛਣਗੇ। ਇਹ ਵੀ ਸਵਾਲ ਆ ਜਿਹੜਾ ਉਹ ਜਾਖੜ ਨੇ ਪੁੱਛਿਆ ਕਿ ਮੋਦੀ ਬਾਦਲਾਂ ਨੂੰ ਇਹ ਸਵਾਲ ਪੁੱਛਣਗੇ ਜੋ ਸਾਨੂੰ ਪੁੱਛਿਆ ਜਾ ਰਿਹਾ, ਅਤੇ ਨਾਲ ਇਹ ਵੀ ਪੁੱਛਿਆ ਕਿ ਮੋਦੀ ਆਪ ਕਿਉਂ ਨਹੀਂ ਆਏ, ਇਹ ਵੀ ਜਾਖੜ ਨੇ ਕਿਹਾ। ਕੈਪਟਨ ਨੇ ਵੀ ਟਵਿੱਟਰ 'ਤੇ ਪ੍ਰਧਾਨ ਮੰਤਰੀ ਦੇ ਬਿਆਨ 'ਤੇ ਦੁੱਖ ਪ੍ਰਗਟਾਇਆ ਅਤੇ ਪੂਰਾ ਬਿਆਨ ਕੀ ਆ ਤੁਹਾਨੂੰ ਉਹ ਵੀ ਅਸੀਂ ਦੱਸਾਂਗੇ ਜ਼ਰੂਰ। ਇਸ ਪੂਰੇ ਮਾਮਲੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ ਅਤੇ ਸੁਨੀਲ ਜਾਖੜ ਨੇ ਕੀ ਜਵਾਬ ਦਿੱਤਾ ਅਤੇ ਕੈਪਟਨ ਨੇ ਕੀ ਟਵੀਟ ਕੀਤਾ, ਪਹਿਲਾਂ ਉਹ ਦੇਖ ਲਈਏ। ਸਰਕਾਰ ਕੇ ਅਧਿਕ੍ਰਿਤ ਕਾਰਜਕ੍ਰਮ ਕੇ ਲਈ ਜਲ੍ਹਿਆਂ ਵਾਲਾ ਬਾਗ ਗਏ ਥੇ, ਉਨ੍ਹੋਂਨੇ ਸ਼ਹੀਦੋਂ ਕੋ ਸ਼ਰਧਾਂਜਲੀ ਦੀ, ਲੇਕਿਨ ਸਰਕਾਰ ਕੇ ਇਸ ਅਧਿਕ੍ਰਿਤ ਕਾਰਜਕ੍ਰਮ ਮੇ ਕਾਂਗਰਸ ਕੇ ਮੁੱਖ ਮੰਤਰੀ ਗਾਇਬ ਥੇ। उन्होंने इस कार्यक्रम का बहिष्कार किया। मालूम है क्यों? क्योंकि वो कांग्रेस परिवार की भक्ति में जुटे हुए थे। ਤੁਹਾਡਾ ਕੀ ਕਹਿਣਾ ਇਸ ਬਾਰੇ? ਮੋਦੀ ਸਾਹਿਬ, ਲੋਕਾਂ ਨੂੰ ਤੁਹਾਡੇ ਬੀਜੇਪੀ ਵਾਲਿਆਂ ਦੀ ਦੇਸ਼ ਭਗਤੀ ਤੇ ਸ਼ੱਕ ਹੈ, ਤੁਹਾਡੇ ਭਾਈਵਾਲਾਂ ਦੀ ਦੇਸ਼ ਭਗਤੀ ਤੇ ਸ਼ੱਕ ਹੈ। ਉਹਨਾਂ ਨੇ ਬਾਦਲ ਸਾਹਿਬ ਨੂੰ ਕਿਉਂ ਨਹੀਂ ਪੁੱਛਿਆ? ਬਾਦਲ ਸਾਹਿਬ ਕਿਉਂ ਨਹੀਂ ਆਏ? ਜੇ ਮੈਂ ਸਮਝਦਾ ਵੀ ਉਹ ਬਜ਼ੁਰਗ ਹੈ, ਪਰ ਜੇ ਪਿੰਡੋਂ ਪਿੰਡ ਜਾ ਕੇ ਕੁਰਸੀ ਵਾਸਤੇ ਵੋਟਾਂ ਮੰਗਦੇ ਫਿਰਦੇ ਹੈ ਲੰਬੀ ਹਲਕੇ 'ਚ, ਤਾਂ ਕੱਲ੍ਹ ਤਾਂ ਆਉਣਾ ਬਣਦਾ ਸੀਗਾ। ਸੁਖਬੀਰ ਜੀ ਨੂੰ ਕੀ ਹੋ ਗਿਆ? ਸੁਖਬੀਰ ਜੀ ਕਿਉਂ ਨਹੀਂ ਆਏ? ਦੇਖੋ, ਪੰਜਾਬੀਆਂ ਨੇ ਸ਼ਹਾਦਤਾਂ ਦਿੱਤੀਆਂ, ਹਿੰਦੁਸਤਾਨੀ ਸੀਗੇ, ਪਰ ਜਿਹੜੇ ਉੱਥੇ ਜਲ੍ਹਿਆਂਵਾਲਾ ਬਾਗ 'ਚ ਪੰਜਾਬੀ ਹਜ਼ਾਰਾਂ ਸ਼ਹੀਦ ਹੋਏ, ਉੱਥੇ ਆਉਣ ਦਾ ਫਰਜ਼ ਬਣਦਾ ਸੀਗਾ ਇਹਨਾਂ ਲੋਕਾਂ ਦਾ। ਮੋਦੀ ਸਾਹਿਬ ਕਿਉਂ ਨਹੀਂ ਆਏ? ਮੋਦੀ ਸਾਹਿਬ ਨੇ ਕੀ ਮਹਿੰਦੀ ਲਾ ਰੱਖੀ ਸੀ ਵੀ ਅੱਜ ਵੋਟਾਂ ਕਠੂਆ ਮੰਗ ਸਕਦੇ ਹੈ? ਇੱਥੇ ਆਉਂਦੇ ਉਹਨਾਂ ਦੀ ਕੋਈ ਮਹਿੰਦੀ ਸੁੱਕਦੀ ਸੀ? ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਇਸ ਡਿਬੇਟ ਦੇ ਵਿੱਚ, ਭਗਤੀ ਵਾਲੀ ਸਿਆਸਤ 'ਚੋਂ ਦੇਸ਼ ਦੀ ਜਨਤਾ ਨੇ ਕੀ ਖੱਟਿਆ? ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਮਨਜੀਤ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਗਰੇਵਾਲ ਬੀਜੇਪੀ ਤੋਂ ਨੇ, ਸੁਦੇਸ਼ ਸਿੰਘ ਰੋਪੜ ਕਾਂਗਰਸ ਤੋਂ ਨੇ, ਸਤਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਤੋਂ ਨੇ, ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ, ਸਾਰੇ ਬੁਲਾਰੇ ਸਾਰੀਆਂ ਸਿਆਸੀ ਧਿਰਾਂ ਦੇ ਇੱਥੇ ਹਾਜ਼ਰ ਨੇ, ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਲ ਗਰੇਵਾਲ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਗਰੇਵਾਲ ਸਾਹਿਬ, ਮੋਦੀ ਸਾਹਿਬ ਖੁਦ ਨਹੀਂ ਆਏ, ਦੂਜਿਆਂ ਨੂੰ ਸਵਾਲ ਪੁੱਛਦੇ ਪਏ ਆ, ਕਿਉਂ? ਪਹਿਲੀ ਗੱਲ ਤਾਂ ਇਹ ਹੈ ਕਿ ਦੇਸ਼ ਦੇ ਉਪ ਰਾਸ਼ਟਰਪਤੀ ਆਏ ਔਰ ਉਹਨਾਂ ਦਾ ਪ੍ਰੋਗਰਾਮ ਪਹਿਲਾਂ ਤੈਅ ਹੋ ਗਿਆ ਸੀ, ਔਰ
ਕਿਉਂਕਿ ਇੱਕ ਮਹੀਨਾ ਪਹਿਲਾਂ ਉਹਨਾਂ ਦੇ ਕਾਰਜਕ੍ਰਮ ਤੈਅ ਹੋ ਜਾਂਦੇ ਹੁੰਦੇ ਆ, ਅਤੇ ਇਹ ਜਿਹੜਾ ਇਹਦੇ 'ਚ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਇਸ ਕਰਕੇ ਸਿੱਧਾ ਉੱਥੇ ਆ ਗਏ। ਮੈਂ ਆ ਜਾਊਂਗਾ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਵੀ ਕਰ ਲਓ। ਗਰੇਵਾਲ ਸਾਹਿਬ ਨਹੀਂ ਨਹੀਂ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਉਪ ਰਾਸ਼ਟਰਪਤੀ ਦਾ ਪ੍ਰੋਗਰਾਮ ਤਾਂ ਪਹਿਲਾਂ ਤੈਅ ਹੋ ਜਾਂਦਾ, ਪ੍ਰਧਾਨ ਮੰਤਰੀ ਸਾਹਿਬ ਦਾ ਪ੍ਰੋਗਰਾਮ ਰੈਲੀਆਂ ਦਾ ਬਾਅਦ 'ਚ ਤਿਆਰ ਹੋਇਆ ਸੀਗਾ, ਅਤੇ ਉਦੋਂ ਪ੍ਰਧਾਨ ਮੰਤਰੀ ਸਾਹਿਬ ਇੱਕ ਦਿਨ ਦਾ ਪ੍ਰੋਗਰਾਮ ਇੱਥੇ ਰੱਖ ਲੈਂਦੇ। ਸਾਰਿਆਂ ਦਾ ਇਕੱਠੇ ਆਉਣਾ ਸਰਕਾਰ 'ਚੋਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ ਸਰਕਾਰ ਹੈ ਅਤੇ ਕਿਉਂ ਕਿਉਂ ਨਹੀਂ ਸਰਕਾਰ। ਅੱਛਾ ਬਿਲਕੁਲ ਹੈ, ਬੀਜੇਪੀ ਦੇ ਤਾਂ ਨਹੀਂ ਉਹ ਰਾਸ਼ਟਰਪਤੀ ਉਪ ਰਾਸ਼ਟਰਪਤੀ, ਦੇਸ਼ ਦੇ ਆ ਨਾ, ਮੁਲਕ ਦੇ ਆ ਨਾ, ਅਸੀਂ ਤਾਂ ਸਰਕਾਰ ਦਾ ਸਵਾਲ ਕਰ ਰਹੇ ਹਾਂ। ਦੇਸ਼ ਦੇ ਆ, ਸਾਡੇ ਬੀਜੇਪੀ ਦੇ ਲੋਕ ਉੱਥੇ ਹਾਜ਼ਰ ਰਹੇ ਸਾਰੇ, ਪ੍ਰਦੇਸ਼ ਪ੍ਰਧਾਨ ਵੀ ਰਿਹਾ, ਬਾਕੀ ਵੀ ਸਾਰੇ ਰਹੇ। ਔਰ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਦੇਖੋ ਕਿ UK ਦੀ ਪਾਰਲੀਮੈਂਟ ਦੇ ਅੰਦਰ ਇਹ ਕਹਿ ਰਹੇ ਆ ਲੋਕ, ਉੱਥੋਂ ਦੇ ਮੈਂਬਰ ਪਾਰਲੀਮੈਂਟ, ਕਿ ਸਾਨੂੰ ਇਹ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਬੱਚਿਆਂ ਦੇ। ਔਰ ਉਹ ਕਿਉਂ ਬਣਾਉਣਾ ਚਾਹੀਦਾ ਕਿ ਦੁਬਾਰਾ ਐਸੀ ਘਟਨਾ ਕੋਈ ਨਾ ਕਰੇ। ਗਰੇਵਾਲ ਸਾਹਿਬ ਮੈਂ ਉਸ ਸਿਆਸਤ ਤੇ ਆ ਜਾਊਂਗਾ, ਉਸ ਤੇ ਗੱਲ ਕਰੂੰਗਾ ਮੈਂ। ਨਹੀਂ ਗਰੇਵਾਲ ਸਾਹਿਬ ਪਹਿਲਾਂ ਇਸ ਦਾ ਜਵਾਬ ਦੇ ਦਿਓ। ਇੰਨਾ ਇੰਪੋਰਟੈਂਟ ਵਿਸ਼ੇ ਆ, ਔਰ ਇਹਦੇ 'ਤੇ ਮੁੱਖ ਮੰਤਰੀ ਦਾ ਸਰਕਾਰੀ ਪ੍ਰੋਗਰਾਮ 'ਚ ਨਾ ਜਾ ਕੇ, ਈਵਨ ਰਾਹੁਲ ਗਾਂਧੀ ਜੀ ਨੂੰ ਵੀ ਉਸੇ ਪ੍ਰੋਗਰਾਮ 'ਚ ਲੈ ਜਾਂਦੇ ਜੇ ਉਹਨਾਂ ਨੇ ਉਹਨਾਂ ਦੀ ਭਗਤੀ ਕਰਨੀ ਹੈ। ਠੀਕ ਆ, ਤੁਸੀਂ ਇਨਵਾਈਟ ਕੀਤਾ ਸੀਗਾ, ਇਨਵਾਈਟ ਕਿਹਨੇ ਕਰਨਾ ਰਾਹੁਲ ਗਾਂਧੀ ਨੂੰ? ਸਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਇਨਵਾਈਟ ਅਸੀਂ ਕਰਾਂਗੇ। ਨਹੀਂ, ਕੇਂਦਰ ਦਾ ਪ੍ਰੋਗਰਾਮ ਸੀ ਜਾਂ ਸਟੇਟ ਦਾ ਪ੍ਰੋਗਰਾਮ ਸੀਗਾ? ਇੱਦਾਂ ਸੀ, ਸਟੇਟ ਜਾਂ ਕੇਂਦਰ ਇਹਦੇ 'ਚ ਅਲੱਗ ਨਹੀਂ ਹੁੰਦੇ, ਜਿੱਥੇ ਰਾਸ਼ਟਰ ਦੇਸ਼ ਦੀ ਗੱਲ ਆ ਜਾਂਦੀ ਹੈ। ਮਾਲਾ ਗਰੇਵਾਲ ਸਾਹਿਬ, ਤੁਸੀਂ ਆਪ ਹੀ ਆਦੇ ਬਿਆਨਾਂ ਤੋਂ ਵਾਪਸ ਮੁੜੀ ਜਾਂਦੇ ਹੋ। ਨਹੀਂ ਨਹੀਂ, ਗਰੇਵਾਲ ਸਾਹਿਬ, ਮੋਦੀ ਸਾਹਿਬ ਇਹ ਕਹਿ ਰਹੇ ਆ ਸਰਕਾਰ ਦਾ ਪ੍ਰੋਗਰਾਮ ਸੀਗਾ, ਮੋਦੀ ਸਾਹਿਬ ਗਲਤ ਕਹਿ ਰਹੇ, ਤੁਸੀਂ ਗਲਤ ਕਹਿ ਰਹੇ। ਦੇਸ਼ ਦੇ ਸ਼ਹੀਦ ਨੇ, ਸਰਕਾਰ ਦਾ ਪ੍ਰੋਗਰਾਮ ਸੀਗਾ ਮੈਂ ਕਹਿੰਦਾ, ਪਰ ਕੇਂਦਰ ਜਾਂ ਪੰਜਾਬ 'ਚ ਨਹੀਂ ਅਸੀਂ ਉਹਨੂੰ ਵੰਡ ਕੇ ਦੇਖ ਸਕਦੇ। ਔਰ ਇਹਦੇ 'ਚ ਮੁੱਖ ਮੰਤਰੀ ਦਾ ਰਹਿਣਾ ਜ਼ਰੂਰੀ ਸੀ, ਔਰ ਪਰ ਮੁੱਖ ਮੰਤਰੀ ਨੇ ਇਸ ਚੀਜ਼ ਨੂੰ ਜ਼ਰੂਰੀ ਸਮਝਿਆ ਕਿ ਮੈਂ ਉਸ ਪਰਿਵਾਰ ਦੇ ਲਈ ਜਾਵਾਂ, ਅਤੇ ਮੈਂ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਹਾਂ, ਮੈਂ ਨਾ ਕਿ ਪੂਰੇ ਸੂਬੇ ਦਾ ਮੁੱਖ ਮੰਤਰੀ ਹਾਂ, ਇਹਦਾ ਸਿੱਧਾ ਮਤਲਬ ਇਹ ਆ। ਰੋਪੜ ਸਾਹਿਬ, ਤੁਹਾਡੇ ਵੱਲੋਂ ਪ੍ਰੋਗਰਾਮ ਦਾ ਬਾਈਕਾਟ ਕੀਤਾ ਗਿਆ ਸੀਗਾ, ਮੋਦੀ ਸਾਹਿਬ ਇਹ ਕਹਿ ਰਹੇ ਆ। ਓਪੀ ਸੋਨੀ ਤੁਹਾਡੇ ਸਰਕਾਰ ਦੇ ਮੰਤਰੀ ਆ, ਸਰਕਾਰ ਵੱਲੋਂ ਗਏ ਸੀਗੇ, ਲੋਕਲ ਰਹਿੰਦੇ ਸੀ, ਇਸ ਕਰਕੇ ਚਲੇ ਗਏ। ਮੈਂ KP ਸਾਹਿਬ ਪਹਿਲਾਂ ਇੱਕ ਬੇਨਤੀ ਕਰੂੰਗਾ, ਕਿਉਂਕਿ ਇਹ ਇੱਕ ਵਿਸ਼ਾ ਐਡਾ ਵੱਡਾ ਇੰਪੋਰਟੈਂਟ ਆ ਵੀ ਮੈਨੂੰ 2 ਮਿੰਟ ਜ਼ਰੂਰ ਦੇ ਦਿੱਤੇ ਜਾਣ। ਜਿਹੜਾ ਇਹ ਪ੍ਰੋਗਰਾਮ ਸੀਗਾ, ਸੋਨੀ ਸਾਹਿਬ ਸਰਕਾਰ ਵੱਲੋਂ ਗਏ ਆ, ਕੋਈ ਉਹਨਾਂ ਦਾ ਪ੍ਰਾਈਵੇਟ ਉਸ 'ਤੇ ਨਹੀਂ ਗਏ। ਦੂਜੀ ਗੱਲ, ਜਲ੍ਹਿਆਂਵਾਲੇ ਬਾਗ ਦਾ ਜਿਹੜਾ ਟਰੱਸਟ ਹੈ, ਉਹਦੇ ਜਿਹੜੇ ਸਾਡੇ ਪ੍ਰਧਾਨ ਨੇ, ਉਹ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹ ਨੇ ਇਸ ਸੰਬੰਧ ਦੇ ਵਿੱਚ ਵੀ 100 ਸਾਲਾਂ ਆ ਰਿਹਾ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ 3 ਵਾਰ ਗੱਲ ਕਰ ਚੁੱਕੇ ਹੈ, ਔਰ ਉਹਨਾਂ ਤੋਂ ਫੰਡਾਂ ਦੀ ਮੰਗ ਕਰ ਚੁੱਕੇ ਹੈ, ਔਰ ਉਹਨਾਂ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਦਿੱਤੇ ਵੀ ਇਹ ਜਿਹੜਾ ਹੈਗਾ ਸਾਨੂੰ ਇਹ ਮਨਾਉਣਾ ਚਾਹੀਦਾ, ਵੱਡੇ ਪੱਧਰ 'ਤੇ ਮਨਾਉਣਾ ਚਾਹੀਦਾ, 100 ਸਾਲਾਂ ਆਇਆ। ਠੀਕ ਹੈ, ਊਂ ਅਸੀਂ ਸਾਰੇ ਦੇਸ਼ ਦੇ ਵਿੱਚ ਰਾਸ਼ਟਰ ਉਹਦੇ ਭਗਤੀ ਦੇ ਜਿਹੜੇ ਸਰਟੀਫਿਕੇਟ ਬਣਦੇ ਫਿਰਦੇ ਹਾਂ, ਪਰ ਜਦੋਂ ਜਲ੍ਹਿਆਂਵਾਲੇ ਬਾਗ ਦੀ ਗੱਲ ਆਈ, ਉਹਦੇ ਵਿੱਚ ਬਿਲਕੁਲ ਪ੍ਰਾਈਮ ਮਿਨਿਸਟਰ ਨੇ ਰਿਸਪੌਂਡ ਨਹੀਂ ਕੀਤਾ, ਔਰ ਉਹਦਾ ਵੱਡੀ ਉਦਾਹਰਨ ਇਹ ਹੈ ਵੀ ਉਹ ਉਸ ਪ੍ਰੋਗਰਾਮ ਦੇ ਵਿੱਚ ਆਏ ਨਹੀਂ। ਪ੍ਰਧਾਨ ਮੰਤਰੀ ਜਿਹੜੇ ਨੇ ਉਹ ਉਸ ਟਰੱਸਟ ਦੇ ਜਲ੍ਹਿਆਂਵਾਲੇ ਬਾਗ ਦੇ ਪ੍ਰਧਾਨ ਹੀ ਉਹ ਨੇ। ਤੁਸੀਂ ਮੋਦੀ ਸਾਹਿਬ ਨੂੰ ਅਪੀਲ ਕਰਦੇ ਰਹੇ ਸੀ ਐਮ ਸਾਹਿਬ ਵੀ ਇਹਨੂੰ ਵਾਸਤੇ ਫੰਡ ਵੀ ਦਿਓ, ਸਾਡੇ ਜਿਹੜੇ ਕਲਚਰਲ ਮਿਨਿਸਟਰ ਹੈ ਉਹਨਾਂ ਨੇ ਮੰਗ ਕੀਤੀ ਆਹ ਚੀਜ਼ਾਂ ਵਾਸਤੇ ਸਾਨੂੰ ਫੰਡ ਦਿਓ, ਸਾਨੂੰ ਇਹਨਾਂ ਚੀਜ਼ਾਂ ਵਾਸਤੇ ਫੰਡ ਦਿਓ। ਜੇ 100 ਕਰੋੜ ਦੀ ਗੱਲ ਵੀ ਆਪਾਂ ਕਰ ਲਾਂਗੇ, ਕਿੱਥੇ ਲੱਗ ਗਿਆ, ਕਿੱਥੇ ਹੈ? ਔਰ ਉਹ ਵਾਸਤੇ ਸਾਡੇ ਜਿਹੜੇ ਸਾਡਾ ਮੰਤਰੀ ਹੈ ਉਹ ਵੀ ਵਿਚਾਰਾ 3 ਵਾਰੀ ਜਾ ਕੇ ਆਇਆ, 4 ਵਾਰੀ ਵੀ ਇਹਦੇ ਵਾਸਤੇ ਸਾਨੂੰ ਆਹ ਚੀਜ਼ਾਂ ਕਰਨੀਆਂ ਚਾਹੁੰਦੇ, ਫੰਡਾਂ ਦੀ ਲੋੜ ਹੈ। ਕਿਸੇ ਨੇ ਸੈਂਟਰ ਗਵਰਨਮੈਂਟ ਨੇ ਕੋਈ ਧਿਆਨ ਵਜ੍ਹਾ ਇਹ ਹੈ ਵੀ ਉਹ ਉਹਨਾਂ ਵਾਸਤੇ ਦੇਸ਼ ਭਗਤੀ ਕੋਈ ਗੱਲ ਨਹੀਂ, ਉਹਨਾਂ ਵਾਸਤੇ ਇੱਕ ਵੋਟ ਬੈਂਕ ਹੈ। ਦੇਖੋ, ਸਾਡਾ ਪ੍ਰਧਾਨ ਮੰਤਰੀ ਦਿਨ 'ਚ 4-4 ਰੈਲੀਆਂ ਕਰ ਸਕਦਾ ਹੈ, ਔਰ ਜਿਹੜੀ ਇਹ ਬੈਠ ਕੇ ਸਾਰਾ ਦਿਨ ਇਹ ਉਹਦੇ ਗੀਗੇ ਗਾਉਂਦੇ ਆ ਵੀ ਦੇਖੋ ਸਾਡਾ ਤਾਂ ਪ੍ਰਧਾਨ ਮੰਤਰੀ 24 ਘੰਟੇ ਕੰਮ ਕਰਦਾ, ਉਹ 24 ਘੰਟੇ 'ਚੋਂ 18 ਘੰਟੇ ਰੈਲੀਆਂ ਜ਼ਰੂਰ ਕਰਦਾ, ਔਰ ਉਹ ਹੋਰ ਕਿਹੜਾ ਕੰਮ ਕਰਦਾ? ਉਹ ਸਿਰਫ ਰੈਲੀਆਂ ਤੋਂ ਬਿਨਾਂ ਤਾੜੀਆਂ ਮਾਰ ਮਾਰ ਕੇ ਹੋਰ ਕੋਈ ਕੰਮ ਨਹੀਂ ਉਹ ਕਰਦਾ, ਸਾਡਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਔਰ ਅੱਜ ਇਸ ਤੋਂ ਵੱਡੀ
ਮਾੜੀ ਗੱਲ ਹੋ ਨਹੀਂ ਸਕਦੀ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ। ਔਰ ਜਿਹੜਾ ਦੇਸ਼ ਰਾਸ਼ਟਰ ਭਗਤੀ ਦੇ ਜਿਹੜਾ ਸਰਟੀਫਿਕੇਟ ਬਣਦਾ ਹੋਵੇ ਉਹ ਖੁਦ ਉਸ ਪ੍ਰੋਗਰਾਮ ਜਿੱਥੋਂ ਦਾ ਉਹ ਪ੍ਰਧਾਨ ਹੈ ਉਹ 100 ਸਾਲ ਹੈ। ਔਰ ਸਾਡੇ ਜਿਹੜਾ ਸਭ ਤੋਂ ਵੱਡਾ ਜੇ ਦੇਸ਼ ਦੀ ਆਜ਼ਾਦੀ ਆਈ ਹੈ ਤਾਂ 1919 ਦੇ ਉਸ ਸਾਕੇ ਤੋਂ ਬਾਅਦ ਆਈ ਹੈ। ਔਰ ਉਸ ਸਾਕੇ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਦਾ ਗਾਇਬ ਰਹਿਣਾ ਔਰ ਸਾਡੀ ਸਟੇਟ ਨੇ ਉਹ ਆਪਦੇ ਤੌਰ 'ਤੇ ਬਣਾਇਆ ਵੀ ਹੈ ਔਰ ਜੋ ਅਸੀਂ ਫੰਡ ਦੇ ਸਕਦੇ ਹਾਂ ਕਰ ਸਕਦੇ ਹਾਂ ਉਹ ਕਰ ਵੀ ਰਹੇ ਕਰਦੇ ਵੀ। ਸਤਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉੱਥੇ ਕਿਉਂ ਨਹੀਂ ਗਏ? ਸਾਬਕਾ ਮੁੱਖ ਮੰਤਰੀ ਉੱਥੇ ਕਿਉਂ ਨਹੀਂ ਗਏ? ਸਾਬਕਾ ਮੁੱਖ ਮੰਤਰੀ ਵੀ ਟਰੱਸਟ ਦੇ ਮੈਂਬਰ ਹੈ। ਦੇਖੋ ਮੈਂ, ਕਿਉਂਕਿ ਮੁੱਖ ਮੰਤਰੀ ਵੀ ਟਰੱਸਟ ਦੇ ਮੈਂਬਰ ਹੈ, ਸਾਬਕਾ ਮੁੱਖ ਮੰਤਰੀ ਟਰੱਸਟ ਦੇ ਮੈਂਬਰ ਹੈ, ਤੁਸੀਂ ਸਾਰੇ ਗਹਿਰ ਹਾਜ਼ਰ ਸੀ। ਸਭ ਤੋਂ ਪਹਿਲਾਂ ਤਾਂ ਅੱਜ 2 ਦਿਨ ਉੱਪਰ ਹੋ ਗਏ ਆ, ਪਰ ਉਹਨਾਂ ਸੂਰਵੀਰਾਂ ਨੂੰ ਜਿਨ੍ਹਾਂ ਨੇ ਸ਼ਹੀਦੀ ਪਾਈ ਹੈ ਨਮਨ ਕਰਦੇ ਹਾਂ। ਹੁਣ ਕਿਉਂ ਨਹੀਂ ਉੱਥੇ ਗਏ ਉਹਦਾ ਮੈਂ ਜਵਾਬ ਤੁਹਾਨੂੰ ਨਹੀਂ ਦੇ ਸਕਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਇਲੈਕਸ਼ਨਾਂ ਦੇ ਸਮੇਂ ਕਰਕੇ ਰੁਝੇਵਿਆਂ ਨਾਲ ਕਿਵੇਂ ਕੀ ਰੀਜ਼ਨ ਹੈ ਵੀ ਕਿਉਂ ਨਹੀਂ ਗਏ ਉਹਦਾ ਮੈਂ ਜਵਾਬ ਦੇਣ ਵਿੱਚ ਸਕਸ਼ਮ ਨਹੀਂ ਹੈਗਾ, ਨਹੀਂ ਦੇ ਸਕਦਾ। ਫਿਰ ਉਹ ਚਲੋ ਇਹ ਦੱਸੋ ਸੁਖਬੀਰ ਸਿੰਘ ਬਾਦਲ ਉੱਧਰ ਹੈ ਕਿੱਥੇ ਸੀ? ਮਿਲ ਗਿਆ ਜਵਾਬ। ਗੱਲ ਸਿਰਫ ਇਹ ਹੈ ਕਿ ਪੀ ਜੀ ਜਿੰਨਾ ਮਰਜ਼ੀ ਇੱਥੇ ਰੌਲਾ ਪਾ ਲਈਏ, ਸਿਆਸੀ ਪਾਰਟੀਆਂ ਗੁਨੇਗਾਰ ਸਾਰੇ ਆਪਾਂ ਹੈਗੇ ਹਾਂ। 100 ਸਾਲ ਹੋ ਗਏ ਉਹਨਾਂ ਜਿਹੜੇ ਸ਼ਹੀਦਾਂ ਨੂੰ ਅੱਜ ਤੱਕ ਦਰਜਾ ਨਹੀਂ ਮਿਲਿਆ ਸ਼ਹੀਦ ਦਾ, ਜਿਸ ਸੂਰਮੇ ਨੇ ਬਦਲਾ ਲਿਆ ਬਾਹਰ ਜਾ ਕੇ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਿਆ, ਜਿਨ੍ਹਾਂ ਨੇ ਸ਼ਹੀਦੀਆਂ ਹੋਰ ਪਾਈਆਂ ਉਹਨਾਂ ਨੂੰ ਦਰਜੇ ਨਹੀਂ ਮਿਲੇ ਹਾਲੇ ਤੱਕ, ਅਸੀਂ ਗੱਲਾਂ ਕੀ ਕਰਦੇ ਹਾਂ? ਕਿਉਂ ਨਹੀਂ ਆਇਆ? ਸਰਕਾਰਾਂ ਦਾ ਕਸੂਰ ਹੈ, ਸਾਰੇ ਕਸੂਰਵਾਰ ਹੈ, ਸਾਰੇ ਕਸੂਰਵਾਰ, ਪੋਲੀਟੀਸ਼ੀਅਨ ਕਸੂਰਵਾਰ ਹੈ, ਕਸੂਰ ਮੰਨਿਆ ਕਰੋ ਨਾ ਫਿਰ ਗਿੱਲ ਸਾਹਿਬ ਆ ਤੁਹਾਡੇ ਸਾਹਮਣੇ ਮੰਨ ਰਹੇ ਹਾਂ। ਜਤਾਰ ਸਿੰਘ ਜਿਹੜਾ ਆਮ ਆਦਮੀ ਪਾਰਟੀ ਕੀ ਕਹੋਗੇ ਇਸ ਪੂਰੇ ਪੂਰੀ ਸਿਆਸਤ 'ਤੇ? ਦੇਖੋ ਜੀ, ਮਤਲਬ ਇਹਨਾਂ ਲਈ ਜਿਹੜੇ ਸਿਆਸਤ ਜਿਹੜੇ ਰਾਜ ਭਾਗ 'ਚ ਬੈਠੇ ਨੇ ਨਾ, ਚਾਹੇ ਉਹ ਸੂਬੇ ਵਿੱਚ ਨੇ ਚਾਹੇ ਕੇਂਦਰ ਵਿੱਚ ਨੇ, ਉਹ ਇਹ ਇਹਨਾਂ ਗੱਲਾਂ 'ਤੇ ਸਿਆਸਤ ਤਾਂ ਕਰਦੇ ਆ ਪਰ ਇਹਨਾਂ ਗੱਲਾਂ ਲਈ ਗੰਭੀਰ ਨਹੀਂ ਹੈ। ਆਜ਼ਾਦੀ ਜਿਸ ਤਰ੍ਹਾਂ ਮਿਲੀ ਆ ਆਪਾਂ ਨੂੰ ਸਾਰਿਆਂ ਨੂੰ, ਸਾਰਿਆਂ ਨੇ ਹਿਸਟਰੀ ਪੜ੍ਹੀ ਹੋਈ ਆ, ਭਾਵੇਂ ਕੋਈ ਸਾਇੰਸ ਦਾ ਸਟੂਡੈਂਟ ਰਿਹਾ ਭਾਵੇਂ ਕੋਈ ਹੋਰ ਸਟੂਡੈਂਟ ਰਿਹਾ, ਇੰਨੀ ਹਿਸਟਰੀ ਜ਼ਰੂਰ ਪੜ੍ਹੀ ਹੋਈ ਆ ਕਿ ਜਲ੍ਹਿਆਂਵਾਲਾ ਬਾਗ 'ਚ ਕੀ ਹੋਇਆ, ਗਦਰ ਪਾਰਟੀ ਨੇ ਕਿਸ ਤਰ੍ਹਾਂ ਰੋਲ ਨਿਭਾਇਆ, ਗਾਂਧੀ ਨੇ ਕੀ ਰੋਲ ਨਿਭਾਇਆ ਸੀਗਾ, ਅਤੇ ਸ਼ਹੀਦ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਉਹਨਾਂ ਦੇ ਸਾਥੀਆਂ ਨੇ ਕੀ ਰੋਲ ਨਿਭਾਇਆ, ਅਤੇ ਸ਼ਹੀਦ ਊਧਮ ਸਿੰਘ ਨੇ ਕੀ ਕੀਤਾ ਸੀਗਾ, ਇੱਕ ਐਗਜ਼ਾਮਪਲ ਕ੍ਰੀਏਟ ਕੀਤੀ ਸੀਗੀ, ਕਿੰਨੀ ਦੇਰ ਉਹਨੇ ਆਪਣਾ ਜਜ਼ਬਾ ਰੱਖਿਆ ਕਿ ਜੇ ਤੁਸੀਂ ਨਿਹੱਥੇ ਇੰਡੀਅਨਸ ਨੂੰ, ਪੰਜਾਬੀਆਂ ਨੂੰ ਅਤੇ ਹੋਰ ਇੰਡੀਆ ਦੇ ਲੋਕਾਂ ਨੂੰ ਉੱਥੇ ਇੱਕ ਭੀੜੀ ਜਿਹੀ ਗਲੀ ਦੇ ਵਿੱਚ ਮਸ਼ੀਨ ਗਨ ਬੀੜ ਕੇ, ਜਿਹੜਾ ਇੱਕੋ ਹੀ ਐਂਟਰੀ ਸੀਗੀ ਇੱਕੋ ਹੀ ਐਗਜ਼ਿਟ ਸੀਗਾ, ਉੱਥੇ ਤੁਸੀਂ ਇੰਨਾ ਅੱਤਿਆਚਾਰ ਕਰ ਸਕਦੇ ਹੋ? ਕੀ ਵਜ੍ਹਾ ਲਾਦੀ ਹੈ ਸੰਗੜਾ ਸਾਹਿਬ ਕਿ ਇਹ ਸਿਆਸਤਦਾਨਾਂ ਨੇ ਜਿਹੜੀ ਸਿਆਸਤ ਕਰ ਰਹੇ ਆ ਉਹਦੇ ਵਿੱਚ ਖੁਦ ਮਾਇਨੋਰਿਟੀ ਹੈ, ਖੁਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਮਾਗਮ 'ਚੋਂ ਗੈਰ ਹਾਜ਼ਰ, ਉਹਦੀ ਵਜ੍ਹਾ ਕੀ ਮੰਨਦੇ ਹੋ? ਸਿਆਸਤ ਵਿੱਚ ਨਿਘਾਰ ਬਹੁਤ ਆ ਗਿਆ ਕੇ ਪੀ ਸਿੰਘ ਜੀ, ਬਹੁਤ ਜ਼ਿਆਦਾ ਨਿਘਾਰ ਆ ਗਿਆ। ਪਹਿਲੇ ਪੋਲੀਟੀਸ਼ੀਅਨ ਹੋਰ ਸੀਗੇ, ਇਹ ਲੋਕ ਹੌਲੀ 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 ਹੌਲੀ, ਸਿੱਕੇ ਦਾ ਫੈਲਾਅ ਇੰਨਾ ਜ਼ਿਆਦਾ ਹੋ ਗਿਆ, ਕਰਪਸ਼ਨ ਦਾ ਰੇਟ ਇੰਨਾ ਜ਼ਿਆਦਾ ਵੱਧ ਗਿਆ ਆ, ਮਜੋਰਿਟੀ ਜਿਹੜੇ ਬੰਦੇ ਆ, ਪਹਿਲੀ ਗੱਲ ਤਾਂ ਉਹ ਗੁੰਡਾ ਬੈਕਗਰਾਉਂਡ ਦੇ ਆ, ਮਾੜੀ ਬੈਕਗਰਾਉਂਡ ਦੇ ਆ, ਮਜੋਰਿਟੀ ਬੰਦੇ ਕਰਪਟ ਨੇ, ਹਜ਼ਾਰਾਂ ਕਰੋੜਾਂ ਦਾ ਧਨ ਇਕੱਤਰ ਹੋ ਜਾਂਦਾ, ਫਿਰ ਹੋੜ ਲੱਗੀ ਹੋਈ ਆ, ਲੋਕਾਂ ਨਾਲ ਵਾਅਦੇ ਕੀਤੇ ਪੂਰੇ ਨਹੀਂ ਕਰਦੇ, ਤੇ ਸਿਆਸਤ ਕਰਦੇ ਆ ਇਹਨਾਂ ਚੀਜ਼ਾਂ ਤੇ। ਇੱਥੇ ਨਾ ਆਉਣ ਦਾ ਸ਼ਹੀਦਾਂ ਦਾ ਸਤਿਕਾਰ ਹੀ ਹੈ ਨਹੀਂ, ਇਹਨਾਂ ਨੂੰ ਆਜ਼ਾਦੀ ਦਾ ਜਿਹੜਾ ਮੁੱਲ। ਮੈਂ ਇੱਕ ਬ੍ਰੇਕ ਲੈ ਕੇ ਆ ਰਿਹਾ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਰਾਸ਼ਟਰ ਭਗਤੀ, ਦੇਸ਼ ਭਗਤੀ, ਪਰਿਵਾਰ ਭਗਤੀ, ਬਹੁਤ ਸਾਰੇ ਸਵਾਲ ਹੈਗੇ ਆ, ਕਿਹੜੀ ਭਗਤੀ 'ਚ ਕੌਣ ਉਲਝਿਆ, ਅਸੀਂ ਸਵਾਲ ਇਹੀ ਪੁੱਛ ਰਹੇ, ਬ੍ਰੇਕ ਤੋਂ ਵਾਪਸ ਆ ਕੇ ਪੁੱਛਾਂਗੇ ਜ਼ਰੂਰ।
ਸਵਾਲ ਅਸੀਂ ਇੱਕੋ ਪੁੱਛ ਰਹੇ ਹਾਂ, ਭਗਤੀ ਵਾਲੀ ਸਿਆਸਤ 'ਚੋਂ ਦੇਸ਼ ਦੀ ਜਨਤਾ ਨੇ ਕੀ ਖੱਟਿਆ? ਇਸੇ ਸਵਾਲ 'ਤੇ ਅਸੀਂ ਬਹਿਸ ਕਰ ਰਹੇ ਹਾਂ। ਵੈਸੇ ਇੱਥੇ ਬਹਿਸ ਬ੍ਰੇਕ ਵਿੱਚ ਵੀ ਚੱਲਦੀ ਰਹਿੰਦੀ ਹੈ, ਥੋੜ੍ਹੀ ਬ੍ਰੇਕ ਲੰਬੀ ਹੋ ਗਈ ਸੀ, ਚਲੋ ਕੋਈ ਗੱਲ ਨਹੀਂ। ਪ੍ਰੋਫੈਸਰ ਮਨਜੀਤ ਸਿੰਘ, ਇਹ ਭਗਤੀ ਵਾਲੀ ਸਿਆਸਤ 'ਚੋਂ ਦੇਸ਼ ਨੇ ਕੀ ਖੱਟਿਆ? ਮੈਂ ਸਿੱਧਾ ਸਵਾਲ ਪੁੱਛਣਾ ਤੁਹਾਨੂੰ। ਮੈਨੂੰ ਐਵੇਂ ਲੱਗਦਾ ਕਿ ਜਿਹੜੀ ਰਾਸ਼ਟਰ ਭਗਤੀ ਹੈ, ਜਿਹੜੀ ਕਲੇਮ ਕੀਤੀ ਜਾਂਦੀ ਆ ਖਾਸ ਕਰ ਮੋਦੀ ਜੀ ਵੱਲੋਂ, ਮੈਂ ਬੀਜੇਪੀ ਦਾ ਸਾਰਾ ਦਾ ਨਹੀਂ ਕਹਿੰਦਾ, ਮੈਂ RSS ਦਾ ਵੀ ਨਹੀਂ ਕਹਿੰਦਾ, ਮੈਂ ਕਹਿੰਦਾ ਜਿਹੜੇ ਇਹਨਾਂ ਦੇ ਮੇਨ ਚੀਫ ਸਪੋਕਸਪਰਸਨ ਔਰ ਸਾਡੇ ਪ੍ਰਧਾਨ ਮੰਤਰੀ ਆ, ਸਾਡੇ ਸਾਰੇ ਸਮੁੱਚੇ ਦੁਨੀਆ 'ਚ ਸਾਡੇ ਚਿਹਰੇ ਆ, ਦੇਸ਼ ਦੇ ਚਿਹਰੇ ਆ, ਉਹਨਾਂ ਵੱਲੋਂ ਮਤਲਬ ਜਿਹੜੀ ਇੱਕ ਦੇਸ਼ ਭਗਤੀ ਦਾ ਲਗਾਤਾਰ ਰਾਸ਼ਟਰ ਭਗਤੀ ਦਾ ਕੀਤਾ ਜਾਂਦਾ ਸੀ, ਇਸ ਇਸ਼ੂ 'ਤੇ ਆ ਕੇ ਮੈਨੂੰ ਲੱਗਦਾ ਉਹ ਪੂਰੇ ਐਕਸਪੋਜ਼ ਹੋਏ ਆ। ਐਕਸਪੋਜ਼ ਇਸੇ ਕਰਕੇ ਹੋਇਆ ਕਿ ਜਿੱਥੋਂ ਸਾਡੀ ਅਸਲ ਮਾਨਿਆ 'ਚ ਮਤਲਬ ਵੱਡੇ ਪੱਧਰ 'ਤੇ ਇੱਕ ਨਵੇਂ ਰੂਪ ਲਿਆ ਸਾਡੀ ਜੰਗੇ ਆਜ਼ਾਦੀ ਨੇ 1919 ਤੋਂ ਬਾਅਦ, ਜਲਿਆਂਵਾਲੇ ਬਾਗ ਤੋਂ ਬਾਅਦ, ਜਦੋਂ ਬਿਲਕੁਲ ਅੰਗਰੇਜ਼ਾਂ ਨੂੰ ਇਸ ਗੱਲ ਦਾ ਸ਼ੰਕਾ ਹੋ ਗਿਆ ਸੀ ਕਿ ਸਾਰੇ ਪੰਜਾਬੀ ਉੱਠ ਕੇ ਔਰ ਜਿਹਦੇ 'ਚ ਹਿੰਦੂ ਮੁਸਲਮਾਨ ਸਾਰੇ ਧਰਮ ਇਕੱਠੇ ਹੋ ਕੇ, ਸਿੱਖ ਇਕੱਠੇ ਹੋ ਕੇ ਔਰ ਇੱਕ ਬਗਾਵਤੀ ਰੂਪ ਵਿੱਚ ਆ ਗਿਆ ਅਤੇ ਉਹਨਾਂ ਨੂੰ ਸਬਕ ਸਿਖਾਉਣ ਲਈ ਐਡਾ ਵੱਡਾ ਜਿਹੜਾ ਕਤਲੇਆਮ ਕੀਤਾ ਗਿਆ ਸੀਗਾ, ਉਸ 'ਤੇ ਇਹਨਾਂ ਕੋਲ ਟਾਈਮ ਹੀ ਨਹੀਂ ਹੈਗਾ। ਸਵਾਲ ਪੁੱਛਣਾ ਤੁਹਾਨੂੰ ਦਿੱਕਤ ਨਾ ਹੋਵੇ। ਸਵਾਲ ਇਹ ਹੈਗਾ ਪ੍ਰਸਮ ਜੀ, ਸੇ ਚਰਚਾ ਇਹ ਛਿੜਦੀ ਹੈ ਅਕਸਰ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਵਿਤਕਰਾ ਹੁੰਦਾ, ਕਿ ਇਸ ਨੂੰ ਵੀ ਉਸ ਸ਼੍ਰੇਣੀ ਵਿੱਚ ਰੱਖਣਾ ਬਣਦਾ ਕੇਂਦਰ ਸਰਕਾਰ ਵੱਲੋਂ ਜਾਂਦੇ? ਬਿਲਕੁਲ ਹੈਗਾ ਆ। ਮੈਂ ਇਹ ਕਹਿੰਦਾ ਕਿ ਸਵਾਲ ਇੱਕ ਹੋਰ ਵੀ ਹੈ ਇੱਥੇ ਹੈਗਾ, ਇਹ ਸੈਂਟਰ ਵਰਸਸ ਸਟੇਟ ਵੀ ਹੈਗਾ। ਤੁਸੀਂ ਇੱਕ ਚੁਣੇ ਹੋਏ ਸਟੇਟ ਦੇ ਚੀਫ ਮਿਨਿਸਟਰ ਨੂੰ ਕਿਵੇਂ ਟ੍ਰੀਟ ਕਰਦੇ ਆ? ਉਹ ਬਾਰ ਬਾਰ ਕਹਿ ਰਹੇ ਆ ਕਿ ਪੰਜਾਬੀਆਂ ਦੇ ਮਾਣ ਦੇ ਉੱਤੇ ਇੱਕ ਬੜਾ ਕਿਸਮ ਦਾ ਇਹਨਾਂ ਨੇ, ਉਹਨਾਂ ਉੱਥੇ ਨਾ ਆ ਕੇ ਨਾ ਟਾਈਮ ਕੱਢ ਕੇ ਪ੍ਰਧਾਨ ਮੰਤਰੀ ਨੇ, ਦੇਖੋ ਇਹਦੇ ਵੱਡਾ ਹੋਰ ਦੇਸ਼ ਭਗਤੀ ਦਾ ਕਿਹੜਾ ਸਿੰਬਲ ਹੋ ਸਕਦਾ ਸੀ, ਕਿਹੜਾ ਕਈ ਦਿਨ ਹੋ ਸਕਦਾ ਸੀ? ਗਿੱਲ ਸਾਹਿਬ ਨੇ ਬਿਲਕੁਲ ਆਪਣੀ ਸੋਬਰ ਭਾਸ਼ਾ ਦੇ ਵਿੱਚ ਸਾਰੀ ਗੱਲ ਕਹੀ ਹੈ, ਹੋਰ ਇਹਦੇ ਬਾਅਦ ਕੀ ਕਹਿਣ? ਸਾਰੇ ਕੰਮ ਛੱਡ ਕੇ ਪ੍ਰਧਾਨ ਮੰਤਰੀ ਨੂੰ ਆਪਣੀ ਦੇਸ਼ ਭਗਤੀ ਦੇ ਪ੍ਰੂਫ ਦੇ ਤੌਰ ਤੇ ਆਉਣਾ ਚਾਹੀਦਾ ਸੀਗਾ। ਉਹ ਚੇਅਰਮੈਨ ਹੈ ਕਮੇਟੀ ਦੇ, ਪੈਸਾ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਅੰਦਰੋਂ ਅਕਾਲੀ ਦਲ ਨੂੰ ਵੀ ਰਿਗਰੈਟ ਹੈ? ਇਹ ਤੇ ਹੁਣ ਇਹੀ ਦੱਸਣਗੇ, ਮੈਨੂੰ ਤੇ ਲੱਗਦਾ ਕਿ ਉਹਨਾਂ ਨੂੰ ਬਿਲਕੁਲ ਆਉਣਾ ਚਾਹੀਦਾ ਸੀਗਾ। ਮੈਂ ਕਹਿੰਦਾ ਕੋਈ ਵੀ ਹੋਵੇ, ਇਹ ਜਿਹੜਾ ਸਵਾਲ ਹੈ, ਮੈਂ ਬੜੇ ਜ਼ੋਰ ਦੇ ਕੇ ਕਹਿੰਦਾ, ਥੋੜ੍ਹਾ ਭਾਵਕ ਵੀ ਹਾਂ, ਕਿ ਚੀਫ ਮਿਨਿਸਟਰ ਕੋਈ ਵੀ ਹੋਵੇ, ਉਹ ਪੰਜਾਬ ਦੇ ਵਿੱਚ ਬੀਜੇਪੀ ਦਾ ਚੀਫ ਮਿਨਿਸਟਰ ਹੋਵੇ, ਪੰਜਾਬ 'ਚ ਅਕਾਲੀਆਂ ਦਾ ਚੀਫ ਮਿਨਿਸਟਰ ਹੋਵੇ, ਜਾਂ ਕੋਈ ਕਾਂਗਰਸ ਕਿਸੇ ਪਾਰਟੀ ਦਾ ਵੀ, ਜੋ ਵੀ ਚੀਫ ਮਿਨਿਸਟਰ ਹੈ, ਭਾਵੇਂ ਆਮ ਆਦਮੀ ਪਾਰਟੀ ਦਾ ਹੀ ਹੁੰਦਾ, ਜਿਸ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਹੈ ਪੰਜਾਬ ਦੇ ਚੀਫ ਮਿਨਿਸਟਰ ਨੂੰ ਔਰ ਇਸ ਵੇਲੇ, ਉਹ ਬਿਲਕੁਲ ਹੀ ਨਿੰਦਣੀਏ ਹੈਗਾ। ਔਰ ਜੋ ਪ੍ਰਧਾਨ ਮੰਤਰੀ ਜਾ ਕੇ ਤੁਸੀਂ ਉੱਥੇ ਰੈਲੀਆਂ ਕਰਦੇ ਫਿਰਦੇ ਆ, ਜੋ ਤੁਸੀਂ ਪੰਜਾਬ ਵਿੱਚ ਆ ਕੇ ਟਾਈਮ ਨਹੀਂ ਕੱਢਿਆ, ਤੁਸੀਂ ਐਡੇ ਵੱਡੇ ਓਕੇਜ਼ਨ ਲਈ ਟਾਈਮ ਨਹੀਂ ਕੱਢਿਆ, ਇਹ ਕੋਈ, ਮੈਂ ਕਹਿੰਦਾ ਇਤਿਹਾਸ ਦੇ ਵਿੱਚ ਇਸ ਗੱਲ ਨੂੰ ਕਦੀ ਕੋਈ ਵੀ, ਭਾਵੇਂ ਉਹ ਬੀਜੇਪੀ ਦੀ ਪਾਰਟੀ ਹੋਵੇ ਜਿਹੜੇ, ਜਾਂ ਕੋਈ ਵੀ ਹੋਰ ਪਾਰਟੀ, ਕਦੀ ਉਹਨੂੰ ਮਾਫ ਨਹੀਂ ਕਰੂਗੀ। 100 ਸਾਲਾਂ ਬਾਅਦ ਇਹ ਦਿਨ, 100 ਸਾਲ ਹੋ ਗਏ ਸੀਗੇ ਉਸ ਮੰਦਭਾਗੀ ਘਟਨਾ ਨੂੰ, ਜਿਹੜੀ ਅਤਿਆਚਾਰ ਨੂੰ, ਸ਼ਤਾਬਦੀ ਸਮਾਗਮ ਸੀਗਾ। ਇਕੱਲਾ ਇਹੀ ਨਹੀਂ ਹੈ ਵੀ ਮੋਦੀ ਸਾਹਿਬ ਆਏ ਨਹੀਂ ਹੈ, ਪਹਿਲਾਂ ਤੋਂ ਹੀ ਬੜਾ ਇਸ ਇਵੈਂਟ ਨੂੰ ਨੋਨ ਸੀਰੀਅਸਲੀ ਲਿਆ ਜਾਂਦਾ ਰਿਹਾ ਆ। ਜਦੋਂ ਟਰੱਸਟ ਦੇ ਮੈਂਬਰ ਨਿਯੁਕਤ ਕਰਨੇ ਸੀ, ਪ੍ਰਧਾਨ ਮੰਤਰੀ ਉਹਦੇ ਮਤਲਬ ਮੁਖੀ ਨੇ, ਉਹਨਾਂ ਨੇ 7 ਮਹੀਨੇ ਤੋਂ ਪਹਿਲਾਂ ਟਰੱਸਟ ਦੇ ਮੈਂਬਰ ਲਗਾਉਣ ਨੂੰ ਲਾਤੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੀ ਟਰੱਸਟ ਦੇ ਮੈਂਬਰ ਨੇ, ਫਿਰ ਫੰਡ ਮੰਗੇ ਇਹਨਾਂ ਨੇ 2400 ਕਰੋੜ ਦੇ ਕਰੀਬ, ਉਹਦੇ 'ਚੋਂ 100 ਕਰੋੜ ਦਿੱਤਾ, ਉਹ ਵੀ ਮੇਰੇ ਖਿਆਲ ਜਾਰੀ ਨਹੀਂ ਹੋਇਆ ਚੰਗੇ ਮਤਲਬ। ਰਾਦਰ ਇੱਥੇ ਸਾਡੇ ਪੈਨਲਿਸਟ ਕਈ ਪੁੱਛਦੇ ਨੇ ਵੀ ਉਹ ਪੈਸੇ ਖਰਚਣੇ ਕਿੱਥੇ ਸੀ, ਉਹਦੇ ਨਾਲ ਉਹਦੀ ਉਹ ਡਿਟੇਲ ਨਹੀਂ ਭੇਜੀ ਜੀ, ਫਲਾਣਾ ਨਹੀਂ ਭੇਜਿਆ, ਕਿਸੇ ਹੋਰ ਚੈਨਲ 'ਤੇ ਇਹ ਗੱਲ ਚੱਲ ਰਹੀ ਸੀਗੀ। ਮਤਲਬ ਬਹੁਤ ਹੀ ਇਸ ਤਰ੍ਹਾਂ ਲਿਆ ਜਾ ਰਿਹਾ ਜਿੱਦਾਂ ਕਿਸੇ ਨੇ ਕੋਈ ਟੂਰਨਾਮੈਂਟ ਕਿਤੇ ਪਿੰਡ 'ਚ ਕਰਾਉਣਾ ਹੁੰਦਾ ਆ, ਵੀ ਉਹ ਜ਼ਰੂਰੀ ਆ ਸਾਡੇ ਲਈ ਕਿ ਨਹੀਂ ਜ਼ਰੂਰੀ, ਜਦਕਿ ਉੱਥੇ ਉਹ ਦਿਲ ਹਿਲਾ ਦੇਣ ਵਾਲੀ ਗੱਲ ਹੈ। ਜੇ ਵੀ ਕਿਸੇ ਨਵੇਂ ਨੌਜਵਾਨ ਨੂੰ ਜਾਂ ਨਵੇਂ ਕਿਸੇ ਹੋਰ ਕੰਟਰੀ ਦੇ ਸਿਟੀਜ਼ਨ ਨੂੰ ਵੀ ਪਤਾ ਲੱਗਦੀ ਹੈ ਤਾਂ ਉਹ ਅੰਦਰੋਂ ਹਿਲ ਜਾਂਦਾ ਪਿਆ ਹੈ, ਇਸ ਤਰ੍ਹਾਂ ਦੇ ਸਾਕੇ ਵੀ ਹਿਸਟਰੀ 'ਚ ਹੋਏ ਆ। ਸਤਿੰਦਰ ਸਿੰਘ ਗਿੱਲ, ਸਿਆਸਤ ਨੂੰ ਪਾਸੇ ਛੱਡ ਦਿਉ, ਤੁਸੀਂ ਪਹਿਲੀ ਲਾਈਨ 'ਚ ਆਪਣੇ ਕਿਹਾ ਸੀਗਾ ਸਿਆਸਤ ਨੂੰ ਪਾਸੇ ਰੱਖ ਕੇ ਗੱਲ ਕਰਨੀ ਚਾਹੀਦੀ ਹੈ। ਸਵਾਲ ਇਹ ਹੈ ਕਿ ਬਤੌਰ ਪੰਜਾਬੀ ਤੁਹਾਨੂੰ ਰਿਗਰੈਟ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ?
ਬਿਲਕੁਲ ਦੇਖੋ ਉਹ ਤਾਂ ਫੀਲ ਹੁੰਦਾ ਹੀ ਹੈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਵੀ ਪਾਰਟੀ ਦੇ ਹੋਣ ਵੀ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਲੈਣ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਕਦੀ ਐਡੀ ਲਾਰਜ ਸਕੇਲ 'ਤੇ ਮੈਸੇਕਰ ਨਹੀਂ ਹੋਇਆ ਵੀ ਜਿੱਥੇ 1650 ਰਾਊਂਡ ਫਾਇਰ ਹੋਇਆ ਹੋਏ ਅਤੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਲੇਡੀਜ਼ ਤੱਕ ਸ਼ਹੀਦ ਹੋਈਆਂ ਹੋਣ। ਮੈਂ ਦੇਖੋ ਤੁਹਾਨੂੰ ਕਿਉਂਕਿ ਇਹ ਸ਼ਤਾਬਦੀ ਇਲੈਕਸ਼ਨਾਂ ਦੇ ਵਿੱਚ ਆ ਗਈ, ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਗਿਆ ਵੀ ਕੀ ਇਹ ਪ੍ਰੋਗਰਾਮ ਰੱਖ ਸਕਦੇ ਆ, ਕੀ ਪ੍ਰਾਈਮ ਮਿਨਿਸਟਰ ਆ ਸਕਦੇ ਆ, ਫਿਰ ਇਲੈਕਸ਼ਨ ਕਮਿਸ਼ਨ ਦੀਆਂ ਇੰਸਟਰਕਸ਼ਨਸ ਆਈਆਂ, ਕਿਤੇ ਨਾ ਕਿਤੇ ਫੰਕਸ਼ਨ ਖਰਾਬ ਹੋ ਗਿਆ। ਜਿਹੜੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਸੀ ਜਾਂ ਜਜ਼ਬਾ ਵਿਖਾਉਣ ਦੀ ਲੋੜ ਸੀ ਉਹ ਦਿਖਿਆ ਨਹੀਂ। ਚੋਣ ਕਮਿਸ਼ਨ ਨੇ ਤਾਂ ਨਹੀਂ ਕਿਹਾ ਸੀ ਕਮੀ ਰਹੀ ਹੈ ਨਾ, ਬਿਲਕੁਲ ਨਹੀਂ ਕਿਹਾ ਕਮੀ ਰਹੀ ਹੈ। ਚੋਣ ਕਮਿਸ਼ਨ ਨੇ ਤਾਂ ਕਿਹਾ ਹੋਊਗਾ ਸਿਆਸੀਕਰਨ ਨਾ ਕਰੋ। ਮੈਂ ਤਾਂ ਤੁਹਾਨੂੰ ਇਹੀ ਕਹਿਤਾ ਵੀ ਕਮੀ ਰਹੀ ਹੈ। ਹੁਣ ਅਕਾਲੀ ਦਲ ਆਪਦਾ ਇਤਰਾਜ਼, ਅਕਾਲੀ ਦਲ ਆਪਣਾ ਇਤਰਾਜ਼ ਪ੍ਰਧਾਨ ਮੰਤਰੀ ਸਾਹਿਬ ਕੋਲ ਰੱਖੇਗਾ ਕਿ ਨਹੀਂ? ਦੇਖੋ ਇਹਨਾਂ ਚੀਜ਼ਾਂ 'ਤੇ ਅਸੀਂ ਆਪਣੀ ਸ਼ਰਧਾਂਜਲੀ ਭੇਟ ਕਰਨੀ ਹੈ, ਉਹਦੇ ਵਿੱਚ ਸਿਆਸਤ ਦੀ ਸਾਨੂੰ ਲੋੜ ਨਹੀਂ, ਕੋਈ ਇਤਰਾਜ਼ ਦੀ ਲੋੜ ਨਹੀਂ। ਅਸੀਂ ਆਪਣੇ ਦਿਲੋਂ ਉਹਨਾਂ ਸ਼ਹੀਦਾਂ ਨੂੰ ਅਕਾਲੀ ਦਲ ਨੂੰ, ਅਕਾਲੀ ਦਲ ਨੂੰ ਇਹ ਦੁੱਖ ਹੈ, ਅਫਸੋਸ ਹੈ ਕਿ ਸਾਡੀ ਯੂਨਿਟ ਲੋਕਲ ਅਕਾਲੀ ਦਲ ਨੂੰ ਇਹ ਅਫਸੋਸ ਹੈ ਕਿ ਸਾਰੀ ਪਹੁੰਚੀ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਹੀਂ ਉੱਥੇ ਪਹੁੰਚ ਸਕੇ, ਪਾਰਟੀ ਦੇ ਪ੍ਰਧਾਨ ਉੱਥੇ ਨਹੀਂ ਪਹੁੰਚ ਸਕੇ, ਸਾਰੀ ਉੱਥੇ ਸੀ ਸਾਡੀ ਅਕਾਲੀ ਦਲ ਬਿਲਕੁਲ ਉੱਥੇ ਸੀ। ਇਹਨੂੰ ਤੁਸੀਂ ਸਿਆਸੀ ਅਫਸੋਸ ਹੈਗਾ ਅਕਾਲੀ ਦਲ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਤੋਂ ਨਹੀਂ ਆਏਗੀ। ਦੇਖੋ ਫਿਰ ਉਹੀ ਗੱਲਾਂ ਕਰਦੇ ਤੁਸੀਂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਪਹੁੰਚ ਸਕੇ। ਮੇਰੀ ਗੱਲ ਸੁਣੋ, ਬਾਦਲ ਸਾਹਿਬ ਦੇ ਟਰਸਟ ਦੇ ਮੈਂਬਰ ਵੀ ਨੇ, ਕੋਈ ਮੇਰੇ ਕੋਲ ਕੋਈ ਅਥਾਰਟੀ ਨਹੀਂ ਕੀ ਗੱਲਾਂ ਕਰੀ ਜਾਂਦੇ ਜਾਂ ਪਾਰਟੀ ਦੇ ਸਿਪਾਹੀ ਹੋਣ ਕਰਕੇ ਟਰਸਟ ਨੂੰ ਸਵਾਲ ਨਾ ਕਰੀਏ। ਜਰਵਲ ਸਾਹਿਬ ਇੱਕ ਮਿੰਟ, ਗੱਲ ਸਾਹਿਬ ਕੋਈ ਅਥਾਰਟੀ ਨਹੀਂ ਹੈਗੀ, ਟਰਸਟ ਦੇ ਮੈਂਬਰ ਆ ਜਿਨ੍ਹਾਂ ਨੂੰ ਸਵਾਲ ਪੁੱਛੇ ਜਾ ਰਹੇ ਆ, ਟਰਸਟ ਦੇ ਮੈਂਬਰ ਆ, ਉਹਨਾਂ ਨੂੰ ਪੁੱਛਣਾ ਬਾਰੇ ਸਵਾਲ ਕੀਤੇ ਜਾ ਰਹੇ ਆ। ਮੈਂ ਨਹੀਂ ਜਵਾਬ ਦੇ ਸਕਦਾ ਗੱਲ ਸਾਹਿਬ, ਮੈਂ ਜਵਾਬ ਕਿਵੇਂ ਦੇ ਦਵਾਂ? ਟਰਸਟ ਦੀ ਰਿਸਪੋਨਸਿਬਿਲਟੀ ਜਿਹੜੀ ਆ ਉਹ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਵੀ 19 ਆ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੀ ਨੇ, ਬਾਕੀ ਲੋਕ ਨੇ 100 ਕਰੋੜ ਰੁਪਏ ਉਹਨਾਂ ਨੂੰ ਆ ਗਿਆ। ਉਹ ਟਰਸਟ ਦੀ ਜਿਹੜੀ ਕਮੇਟੀ ਹੈਗੀ ਆ, ਬੀਜੇਪੀ ਨੂੰ ਇਤਰਾਜ਼ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਥੇ ਨਹੀਂ ਪਹੁੰਚੇ? ਨਹੀਂ, ਬੀਜੇਪੀ ਨੂੰ ਕੋਈ ਇਤਰਾਜ਼ ਨਹੀਂ, ਬੀਜੇਪੀ ਨੂੰ ਇਤਰਾਜ਼ ਹੈਗਾ ਸੁਖਵੀਰ ਸਿੰਘ ਬਾਦਲ ਉੱਥੇ ਨਹੀਂ ਪਹੁੰਚ ਸਕੇ। ਸੁਖਵੀਰ ਸਿੰਘ ਬਾਦਲ ਦੀ ਤਬੀਅਤ ਖਰਾਬ ਹੋ ਗਈ, ਸਾਰੇ ਪ੍ਰੋਗਰਾਮ ਰੱਦ ਹੋ ਗਏ। ਅੱਛਾ, ਤੇ ਉਹਦੇ 'ਚ ਕੀ ਹੋ ਗਿਆ? ਪ੍ਰਧਾਨ ਮੰਤਰੀ ਸਾਹਿਬ ਠੀਕ ਸੀ, ਕਿਸੇ ਦਾ ਸਵਾਲ ਪ੍ਰਧਾਨ ਮੰਤਰੀ ਸਾਹਿਬ ਸੀਗੇ, ਪ੍ਰਧਾਨ ਮੰਤਰੀ ਜੀ ਦੇ ਹੋਰ ਵੀ ਕੰਮ ਨੇ, ਪ੍ਰਧਾਨ ਮੰਤਰੀ ਜੀ ਦਾ ਇੱਕੋ ਹੀ ਕੰਮ ਥੋੜਾ, ਯਾਨੀ ਕਿ ਇਹ ਵੱਡਾ ਕੰਮ ਨਹੀਂ ਹੈ, ਇਹ ਤਾਂ ਸਿਰਫ ਸਿਆਸਤ ਕਰਨੀ ਹੈ, ਸਿਰਫ ਇਹ ਸਿਰਫ ਸਿਆਸਤ ਕਰਨੀ ਹੈ। ਸੀਐਮ ਉੱਥੇ ਖੁਦ ਸ਼ਹਿਰ ਦੇ ਅੰਦਰ ਆ, ਉਸ ਟਾਊਨ ਦੇ ਅੰਦਰ, ਸਿਟੀ ਦੇ ਅੰਦਰ ਨੇ, ਉਹ ਖੁਦ ਨਹੀਂ ਪਹੁੰਚੇ, ਉਹਦੇ ਤੇ ਕੋਈ ਸਵਾਲ ਨਹੀਂ ਕਰ ਰਿਹਾ। ਰੋਪੜ ਸਾਹਿਬ, ਰੋਪੜ ਸਾਹਿਬ ਇਹ ਸਵਾਲ ਦਾ ਜਵਾਬ ਦਿਓ, ਜਦੋਂ ਕਿ ਪੀਐਮ ਨੇ ਦੀ ਡਿਊਟੀ ਸੀ, ਉਹਨਾਂ ਦੀ ਸੀਐਮ ਉੱਥੇ ਸੀ ਨਾ, ਉਹਨਾਂ ਦੀ ਗੱਲ ਕਰਦੇ ਆ। ਅੰਮ੍ਰਿਤਸਰ ਮੁੱਖ ਮੰਤਰੀ ਸਾਹਿਬ ਅੰਮ੍ਰਿਤਸਰ ਵਿੱਚ ਸੀਗੇ, ਉੱਥੇ ਜਾ ਨਹੀਂ ਸਕਦੇ ਸੀ? ਬਿਲਕੁਲ ਜਾ ਕੇ ਆਏ ਆ, ਸੀਐਮ ਸਾਹਿਬ ਜਾ ਕੇ ਆਏ ਆ, ਸੀਐਮ ਸਾਹਿਬ ਨੇ ਆਪਣੇ ਸਰਕਾਰੀ ਪ੍ਰੋਗਰਾਮ 'ਚ ਗਏ, ਉਹ ਸਰਕਾਰੀ ਪ੍ਰੋਗਰਾਮ ਤੁਹਾਡਾ ਕਾਹਦੀ ਸਰਕਾਰੀ ਪ੍ਰੋਗਰਾਮ ਰੱਖ, ਜਿਹੜੀ ਸਰਕਾਰ ਨੌਨ ਸੀਰੀਅਸ ਸਰਕਾਰ ਦੇ ਕਾਹਦਾ ਪ੍ਰੋਗਰਾਮ ਸੀਰੀਅਸ ਕੀਤਾ ਜਾਵੇ, ਜਿਹੜਾ ਤੁਸੀਂ ਬਾਈਕਾਟ ਕੀਤਾ ਫਿਰ ਸਵਾਗਤ ਦਾ, ਬਾਈਕਾਟ ਕੀਤਾ ਜਾਂ ਬਾਈਕਾਟ ਕੀਤਾ? ਰਾਹੁਲ ਗਾਂਧੀ ਨੇ ਕਰਵਾਇਆ, ਰਾਹੁਲ ਗਾਂਧੀ ਨੇ ਸ਼ਵੇਤ ਵਰਗ ਦੀਆਂ ਫੋਟੋਆਂ ਖਿਚਵਾਉਣੇ ਸੀ, ਖਿਚਵਾਤੀਆਂ, ਰਾਹੁਲ ਗਾਂਧੀ ਨੇ ਕਰਵਾਇਆ। ਦੂਜੀ ਗੱਲ, ਮੇਰੀ ਇੱਕ ਮਿੰਟ ਮੇਰੀ ਗੱਲ ਸੁਣ ਲਓ, ਜੇ ਇਹਨਾਂ ਨੇ ਬਾਈਕਾਟ ਕੀ ਹੁੰਦਾ, ਇਹ ਬਾਈਕਾਟ ਤਾਂ ਅਸੀਂ ਉਦੋਂ ਨਹੀਂ ਕੀਤਾ ਜਦੋਂ ਇਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪ੍ਰੋਟੋਕਾਲ ਤੋਂ ਬਿਨਾ ਉਹਨੂੰ ਸਟੇਜ ਤੇ ਚੜਾਤਾ। ਇਦਾਂ ਨਹੀਂ ਚੜਦੇ ਜੀ, ਐਵੇਂ ਨਾ ਕਹੋ ਸੁਖਦੇਵ ਜੀ, ਕੋਈ ਇੱਕ ਮਿੰਟ, ਕੋਈ ਗਲਤ ਗੱਲ ਨਹੀਂ, ਨਹੀਂ ਨੌਲੇਜ ਤੁਹਾਨੂੰ, ਕੋਈ ਪ੍ਰੋਟੋਕਾਲ ਤੋਂ ਲੰਘ ਕੇ ਇਤਰੀ ਕਰ ਸਕਿਆ ਸਾਹਿਬ, ਕੋਈ ਗੱਲ ਨਾ ਬੋਲੀ ਜੋ ਗੱਲ ਨਹੀਂ, ਗੱਲ ਸਾਹਿਬ ਕੋਈ ਨਹੀਂ ਹੁੰਦਾ, ਲਿਖ ਕੇ ਦਿੱਤਾ, ਉਹ ਇਦਾਂ ਨਹੀਂ ਹੁੰਦਾ, ਸਾਨੂੰ ਤਾਂ ਕਹਿੰਦੇ ਰਸਤਾ ਬਣਾ, ਸੈਂਟਰ ਦਾ ਪ੍ਰੋਗਰਾਮ ਸੈਂਟਰ ਤੋਂ ਪ੍ਰੋਟੋਕਾਲ ਇਹਨਾਂ ਨੇ ਕੋਈ ਇੱਕ ਲਿਸਟ ਆਉਂਦੀ ਹੈ, ਇੱਕ ਮਿੰਟ, ਇਹਨਾਂ ਨੇ ਲਿਸਟ ਦੇ ਹਿਸਾਬ ਨਾਲ ਆਉਂਦੇ, ਤੁਹਾਡੇ ਅਫਸਰ ਕੀ ਕਰਦੇ ਸੀ ਫਿਰ, ਅਸੀਂ ਉਹਦੇ ਨਾਂ ਨਹੀਂ ਲਿਖਿਆ, ਤੁਹਾਡੇ ਅਫਸਰ ਕੀ ਕਰਦੇ ਸੀ ਫਿਰ, ਕਿਹਨੇ ਲਿਖਿਆ? ਇੱਕ ਮਿੰਟ, ਡੀਸੀ ਕੀ ਕਰਦਾ ਸੀ? ਇੱਕ ਮਿੰਟ ਪਲੀਜ਼, ਡੀਸੀ ਤੁਹਾਡਾ ਕੀ ਕਰਦਾ ਸੀ? ਇੱਕ ਮਿੰਟ ਪਲੀਜ਼, ਇੱਕ ਮਿੰਟ,
ਚੇਅਰਮੈਨ ਗਰੇਵਾਲ ਸਾਹਿਬ ਕਰ ਚੇਅਰਮੈਨ ਪਲੀਜ਼ ਸੀ ਕੀ ਕਰਦਾ ਸੀ ਗੁਰਦਾਸ ਸਿੰਘ ਫਿਰ ਵਾਈਸ ਪ੍ਰੈਜ਼ੀਡੈਂਟ ਕਰਦਾ ਸੀ ਕੀ ਕਰਦਾ ਸੀ ਆਪਣੇ ਮੈਂ ਕਹਿ ਕੇ ਚੜਵਾਇਆ ਸੁਖਬੀਰ ਨੂੰ ਕਹਿੰਦਾ ਵਾਈਸ ਪ੍ਰੈਜ਼ੀਡੈਂਟ ਦੇ ਬਾਰੇ ਜਿੰਦਰ ਸਿੰਘ ਗੱਲ ਇੱਕ ਮਿੰਟ ਪਲੀਜ਼ ਗਰੇਵਾਲ ਸਾਹਿਬ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੁਖਬੀਰ ਸਿੰਘ ਬਾਦਲ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਡਿਫੈਂਡ ਕੀਤਾ ਹਾਂਜੀ ਤੁਸੀਂ ਕਿਹਾ ਸੁਖਬੀਰ ਸਿੰਘ ਬਾਦਲ ਬਿਮਾਰ ਸੀ ਮੈਂ ਤੁਹਾਡੀ ਗਲਤੀ ਚਾਹ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਲਿਹਾਜ਼ ਕਰਕੇ ਉੱਥੇ ਨਹੀਂ ਪਹੁੰਚ ਸਕਦੇ ਸੀ ਤੁਸੀਂ ਇਹ ਵੀ ਗੱਲ ਕਹੀ ਕੇਂਦਰੀ ਮੰਤਰੀ ਹਰਸਿੰਘ ਬਾਦਲ ਕਿਉਂ ਨਹੀਂ ਪਹੁੰਚੇ ਦੇ ਆਪਣੇ ਪ੍ਰੋਗਰਾਮ ਹੁੰਦੇ ਆ ਉਹਨਾਂ ਦਾ ਆਪਣੀ ਅੰਗੇਜਮੈਂਟ ਸਾਰਿਆਂ ਦੀ ਪ੍ਰੋਗਰਾਮ ਹੈ ਸਾਰੇ ਇਹ ਕੋਈ ਪ੍ਰੋਗਰਾਮ ਨਹੀਂ ਸੀਗਾ ਇਹ ਕੋਈ ਸਮਾਗਮ ਨਹੀਂ ਸੀਗਾ ਗਰੇਵਾਲ ਦਾ ਇਹੋ ਜੀ ਸਿਆਸਤ ਕਰਦੇ ਨੇ ਮੈਂ ਦੇਣਾ ਜਵਾਬ ਕੀਤੀ ਜੀ ਸੁਣ ਲਓ ਬਿਲਕੁਲ ਸਿੱਧੇ ਪਾਰਟੀ ਦੇ ਹਰ ਇੱਕ ਐਮਪੀ ਐਮਐਲਏ ਨੂੰ ਉਹਦੀ ਲੋੜ ਥੋੜੀ ਹੈ ਉੱਥੇ ਪਾਰਟੀ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਗੱਲ ਕਰ ਰਹੇ ਆ ਗਿਲ ਸਾਹਿਬ ਬਤੌਰ ਕੇਂਦਰੀ ਮੰਤਰੀ ਗੱਲ ਕਰ ਰਹੇ ਆ ਨਹੀਂ ਹੁਣ ਕੋਈ ਉਹ ਜੇ ਕੇਂਦਰੀ ਮੰਤਰੀ ਵਾਲੀ ਗੱਲ ਨਹੀਂ ਹੈਗੀ ਹੁਣ ਕੋਈ ਗੱਲ ਉਹ ਜੀ ਨਹੀਂ ਹੈਗੀ ਪ੍ਰਧਾਨ ਮੰਤਰੀ ਵੈਂਕਈਆ ਨਾਇਡੂ ਵਾਈਸ ਪ੍ਰੈਜ਼ੀਡੈਂਟ ਉੱਥੇ ਆ ਗਏ ਕਈਆਂ ਨੂੰ ਇਨਵਾਈਟ ਕੀਤਾ ਹੋਗਾ ਉਹ ਵੀ ਨਹੀਂ ਆਏ ਇਹ ਨਹੀਂ ਗੱਲ ਹੁੰਦੀ ਤੁਸੀਂ ਹੁਣ ਉਹਨਾਂ ਤੇ ਉਹਨਾਂ ਦਾ ਨਾਮ ਲੈ ਲਓ ਫਿਰ ਤੁਸੀਂ ਕਹੋ ਜੀ ਤੁਹਾਡੇ ਫਲਾਨੇ ਕਿਉਂ ਨਹੀਂ ਆ ਰਹੇ ਅਸੀਂ ਕਹੀਏ ਮਹਾਰਾਣੀ ਸਾਹਿਬਾ ਨਹੀਂ ਆਈਆਂ ਉੱਥੇ ਗਿੱਲ ਸਾਹਿਬ ਜੇ ਅਸੀਂ ਆਖੀਏ ਦੇਖੋ ਮਹਾਰਾਣੀ ਸਾਹਿਬਾ ਨਹੀਂ ਪਹੁੰਚੀ ਜਾਖੜ ਨਹੀਂ ਪਹੁੰਚਿਆ ਜੀ ਪਾਰਟੀ ਪ੍ਰੈਜ਼ੀਡੈਂਟ ਨਹੀਂ ਪਹੁੰਚਿਆ ਤੁਹਾਡਾ ਮਹਾਰਾਣੀ ਸਾਹਿਬ ਤਾਂ ਕਰਤਾਰਪੁਰ ਕੋਰੀਡੋਰ ਤੇ ਆਏ ਸੀ ਗਏ ਜਾਣਾ ਚਾਹੀਦਾ ਸੀ ਉੱਥੇ ਜਾਣਾ ਕਿਉਂਕਿ ਉਹ ਨਹੀਂ ਜਾਣੇ ਫਿਰ ਨਹੀਂ ਗਏ ਉਹ ਤਾਂ ਸਹੀ ਸੋਚ ਦੇ ਬਣੇ ਚੱਲਦਾ ਕਿਸੇ ਤੋਂ ਤੁਸੀਂ ਮੈਂ ਛੋੜਾ ਹੋਰ ਬ੍ਰੇਕ ਮੈਂ ਛੋੜਾ ਬ੍ਰੇਕ ਮੈਂ ਆ ਰਿਹਾ ਬ੍ਰੇਕ ਜੇ ਹੋਰ ਛੋੜਾ ਬ੍ਰੇਕ ਸਮਾਂ ਬ੍ਰੇਕ ਹੋ ਕੇ ਵਾਪਸ ਆਵਾਂਗੇ ਪਰਿਵਾਰਾਂ ਦੀ ਭਗਤੀ ਸਿਆਸਤ ਲਈ ਕਿੰਨੀ ਅਨਾਗੀ ਇਹ ਸਵਾਲ ਇਸੇ ਪੁੱਛਿਆ ਜਾਵੇਗਾ ਕਿਹੜੀ ਭਗਤੀ ਚ ਕੌਣ ਉਲਝਿਆ ਸਵਾਲ ਇਸੇ ਪੁੱਛਿਆ ਜਾਵੇਗਾ ਇਹ ਪਾਰਟੀਆਂ ਦੇ ਭਗਤ ਕੋ ਤੋਂ ਬਣਨ ਲੱਗ ਪਿਆ ਸਵਾਲ ਵੀ ਪੁੱਛਿਆ ਜਾਵੇਗਾ ਹੁਣ ਤਾਂ ਇਹ ਭਗਤ ਕਿਹਾ ਜਾਣ ਲੱਗ ਪਿਆ ਜਿਹੜਾ ਕੋਈ ਕਿਸੇ ਪਾਰਟੀ ਸਪੋਰਟ ਕਰਦਾ ਉਸਨੂੰ ਭਗਤ ਕਿਹਾ ਜਾਂਦਾ ਕਿਉਂ ਕਿਹਾ ਜਾਣ ਲੱਗ ਪਿਆ ਇਹ ਵੀ ਸਵਾਲ ਪੁੱਛਿਆ ਜਾਵੇਗਾ ਬ੍ਰੇਕ ਤੋਂ ਵਾਪਸ ਆ ਰਿਹਾ ਸਵਾਲ ਕਿਉਂ ਪੁੱਛ ਰਿਹਾ ਭਗਤੀ ਵਾਲੀ ਸਿਆਸਤ 'ਚੋਂ ਦੇਸ਼ ਦੀ ਜਨਤਾ ਨੇ ਕੀ ਖੱਟਿਆ ਪ੍ਰਸ਼ਨ ਮਨਜੀਤ ਸਿੰਘ ਇਹ ਸਾਰਿਆਂ ਨੇ ਆਪਣੀ ਆਪਣੀ ਸਿਆਸਤ ਕਰਨੀ ਆ ਸਵਾਲ ਮੈਂ ਜਿਹੜਾ ਪਹਿਲਾਂ ਛੱਡ ਕੇ ਗਿਆ ਸੀ ਮੈਂ ਉਸੇ ਸਵਾਲ 'ਤੇ ਵਾਪਸ ਆ ਰਿਹਾ ਕੋਈ ਕਹਿ ਰਿਹਾ ਕਿ ਕੈਪਟਨ ਸਾਹਿਬ ਰਾਹੁਲ ਗਾਂਧੀ ਨਾਲ ਮਸਰੂਫ ਸਨ ਕੋਈ ਕਹਿ ਰਿਹਾ ਕਿ ਕੈਪਟਨ ਸਾਹਿਬ ਉਸੇ ਸ਼ਹਿਰ ਵਿੱਚ ਸਨ ਕੋਈ ਇਹ ਕਹਿ ਰਿਹਾ ਕਿ ਮੋਦੀ ਸਾਹਿਬ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਕੋਈ ਇਹ ਕਹਿ ਰਿਹਾ ਕਿ ਬਾਦਲ ਸਾਹਿਬ ਖੁਦ ਜ਼ਿਆਦਾ ਉਮਰ ਆ ਉਹਨਾਂ ਕਰਕੇ ਇਸ ਕਰਕੇ ਨਹੀਂ ਆਇਆ ਸੁਖਬੀਰ ਸਿੰਘ ਬਾਦਲ ਬਿਮਾਰ ਸੀਗੇ ਕੇਂਦਰੀ ਮੰਤਰੀ ਹਰ ਸਿੰਘ ਕੋਲ ਬਾਦਲ ਕਿਉਂ ਨਹੀਂ ਆਏ ਸਾਰੇ ਸਵਾਲ ਪੁੱਛੇ ਜਾ ਰਹੇ ਆ ਇਹਨਾਂ ਸਵਾਲ ਪੁੱਛਣ ਦੇ ਬਾਅਦ ਇੱਕ ਸਵਾਲ ਅਜੇ ਵੀ ਬਾਕੀ ਰਹਿੰਦਾ ਸਵਾਲ ਇਹ ਹੈਗਾ ਉੱਥੇ ਜਾ ਕੇ ਇਹਨਾਂ ਲੋਕਾਂ ਨੇ ਕਰਨਾ ਕੀ ਸੀ ਦੇਖੋ ਨਹੀਂ ਨਹੀਂ ਚਾਹੀਦਾ ਇਹ ਸੀ ਦੇਖੋ ਮੋਟੇ ਤੌਰ 'ਤੇ ਗੱਲ ਕੀ ਹੈ ਇਹ ਜਿਹੜੀ ਸ਼ਹੀਦਾਂ ਦੀ ਸ਼ਰਧਾਂਜਲੀ ਦਾ ਸੀ ਇਹਦੇ ਚੇਅਰਮੈਨ ਕਮੇਟੀ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਸਾਲ ਪਹਿਲਾਂ ਤੋਂ ਤਿਆਰੀਆਂ ਕਰਨੀਆਂ ਚਾਹੀਦੀਆਂ ਸੀ ਇਹ ਗਰੇਵਾਲ ਜੀ ਜਿਹੜਾ ਆਰਗੂਮੈਂਟ ਆ ਕਿ ਮਹੀਨਾ ਪਹਿਲਾਂ ਪ੍ਰੋਗਰਾਮ ਇਹ 2 ਸਾਲ ਪਹਿਲਾਂ ਦਾ ਪਤਾ ਆ ਕਿ ਸ਼ਤਾਬਦੀ ਆ ਗਈ ਆ ਔਰ ਜਿਹੜੀ ਪੰਜਾਬ ਗੌਰਮੈਂਟ 2 ਸਾਲ ਤੋਂ ਸਾਰੇ ਅਪਰੋਚ ਕਰ ਰਹੀ ਹੈ ਪੰਜਾਬ ਗੌਰਮੈਂਟ 2 ਸਾਲ ਤੋਂ ਅਪਰੋਚ ਕਰ ਰਹੀ ਹੈ ਮੈਂ ਦੇਖੋ ਮੈਂ ਤਾਂ ਪਹਿਲਾਂ ਸਬੂਤ ਹੈ ਅਪਰੋਚ ਕਰਨ ਦਾ ਗੁਰੂ ਜੀ ਉਹ ਜਾ ਕੇ ਮਿਲ ਕੇ ਆਏ 3 ਵਾਰੀ ਇਸੇ ਗੱਲ ਤੇ ਮਿਲ ਕੇ ਰੋਪੜ ਜੀ ਮੇਰਾ ਸਵਾਲ ਬਿਲਕੁਲ ਪੋਲੀਟੀਕਲ ਨਹੀਂ ਹੈ ਮੇਰਾ ਸਵਾਲ ਆ ਪੰਜਾਬ ਦੀ ਇੱਕ ਜਿਹੜੀ ਸ਼ਹੀਦਾਂ ਦੀ ਇਹ ਧਰਤੀ ਜਿੱਥੇ ਜਲਿਆਂ ਵਾਲੇ ਬਾਗ ਦਾ ਹੋਇਆ ਉਹਦੇ 'ਚ ਮੁਸਲਮਾਨ ਸੀ ਉਹਦੇ 'ਚ ਸਿੱਖ ਸੀ ਉਹਦੇ 'ਚ ਕਸ਼ਮੀਰੀ ਬਹੁਤ ਸੀਗੇ ਉਹ ਜੇ ਤੁਸੀਂ ਡਿਟੇਲ ਲਓ ਨਾ ਉਹਦੇ 'ਚ ਹਿੰਦੂ ਸੀ ਔਰ ਇੱਕ ਦੇਸ਼ ਭਗਤੀ ਯੂਨਿਟੀ ਦਾ ਪੂਰੇ ਦਾ ਇੱਕ ਜਜ਼ਬਾ ਸੀ ਜਿਹਦੇ 'ਤੇ ਸਰਕਾਰ ਨੇ ਹਮਲਾ ਕਰਕੇ ਉਹਨੂੰ ਕਰਸ਼ ਕੀਤਾ ਬ੍ਰਿਟਿਸ਼ ਸਰਕਾਰ ਨੇ ਸਵਾਲ ਸੀ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ 24 ਘੰਟੇ ਰੱਟ ਲਾਉਂਦੇ ਕਿ ਮੇਰੇ ਨਾਲੋਂ ਵੱਡਾ ਦੇਸ਼ ਭਗਤ ਕੋਈ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਇੱਕ ਮਿੰਟ ਐਕਸਪੋਜ਼ ਕੀਤਾ ਕਿ ਨਹੀਂ ਉਹ ਆਪਣੇ ਆਪ ਨੂੰ ਆਪ ਹੀ ਸਰਟੀਫਿਕੇਟ ਦੇਈ ਜਾਂਦੇ ਉਹਨਾਂ ਨੂੰ ਕਿਹੜਾ ਯੂਐਨਓ ਨੇ
ਪ੍ਰਿੰਕਾ ਗਾਂਧੀ ਕਹਿ ਰਹੀ ਹੈ ਤੁਸੀਂ ਨਕਲੀ ਰਾਸ਼ਟਰਵਾਦੀ ਹੋ, ਜਵਾਬ ਦਿਓ। ਦੇਖੋ ਫਤਿਹਪੁਰ ਸੀਕਰੀ ਦੇ ਵਿੱਚ ਪ੍ਰਿੰਕਾ ਗਾਂਧੀ ਨੇ ਬਿਆਨ ਦਿੱਤਾ ਤੁਸੀਂ ਨਕਲੀ ਰਾਸ਼ਟਰਵਾਦੀ ਹੋ। ਪ੍ਰਿੰਕਾ ਗਾਂਧੀ ਦੇ ਬੋਲਣ ਨਾਲ ਕੁਝ ਨਹੀਂ ਹੋਣਾ, ਕਿੰਤੋ ਸਰਟੀਫਿਕੇਟ ਕਿੰਤੋ ਲੈਣਾ ਹੈ? ਮਾਨਤਾ ਤੇ ਬਾਹਰ ਨੇ ਆਪ ਸਰਟੀਫਿਕੇਟ ਵੀ ਤੁਸੀਂ ਕਿਉਂ ਮੰਨਦੇ ਪਏ ਰਾਸ਼ਟਰਵਾਦ ਦੇ ਕਰਕੇ ਲੋੜ ਨਹੀਂ? ਸਾਨੂੰ ਦੇਸ਼ ਦੇ ਲੋਕਾਂ ਨੇ ਸਰਟੀਫਿਕੇਟ ਦਿੱਤਾ। ਕਿਹੜੇ ਦੇਸ਼ ਨੇ ਦਿੱਤਾ? ਕਿਹੜੇ ਦੇਸ਼ ਨੇ ਪ੍ਰਧਾਨ ਮੰਤਰੀ ਬਣਾਇਆ, ਸਰਕਾਰ ਬਣਾਈ, ਦੁਬਾਰਾ ਫੇਰ ਰਾਸ਼ਟਰਵਾਦੀ ਹੋ ਗਏ ਜਿੰਨਾ ਮਰਜ਼ੀ ਜੋ ਨਹੀਂ ਨਹੀਂ ਜੇ 1 ਮਿੰਟ 1 ਮਿੰਟ ਜੇ ਇਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਮਨਮੋਹਨ ਸਿੰਘ ਨੂੰ 10 ਸਾਲ ਪ੍ਰਧਾਨ ਮੰਤਰੀ ਬਣਾਇਆ ਉਹ ਵੀ ਰਾਸ਼ਟਰਵਾਦੀ ਆ, ਉਹ ਵੱਡੇ ਰਾਸ਼ਟਰਵਾਦੀ ਹੋ ਗਏ ਫੇਰ ਕਦੋਂ ਰੋਕਦੇ ਆ? ਹਾਂ, ਇੰਦਰਾ ਗਾਂਧੀ ਇੰਨਾ ਚਿਰ ਸੀਗੀ ਉਹ ਵੀ ਰਾਸ਼ਟਰਵਾਦੀ ਆ, ਉਹ ਤਾਂ ਸਾਡੇ ਕਾਲ ਤੋਂ ਇਹ ਕਿਹੜੀ ਕਿਸਮ ਦੇ ਰਾਸ਼ਟਰਵਾਦੀ ਨਵੇਂ ਆਏ ਆ ਭਾਈ? ਤੁਸੀਂ ਐਵੇਂ ਨਾ ਗੱਲਾਂ ਗਲਤ ਨਾ ਭੜਕਾਓ। ਗਰੇਵਾਲ ਜੀ ਤੁਸੀਂ ਬੜੇ ਬੜੇ ਬਹੁਤ ਅੱਜ ਇਸ ਤਰ੍ਹਾਂ ਭਾਵਕ ਹੋ ਕੇ ਨਾ ਲਓ ਜਿਹੜੀ ਬਹਿਸ ਚੱਲ ਰਹੀ ਹੈ। ਇਹਨਾਂ ਦਾ ਜਿਹੜਾ ਆਰਗੂਮੈਂਟ ਹੈਗਾ, ਮੈਂ ਉਹਨਾਂ ਤੇ ਡਿਬੇਟ ਕਰਨਾ ਚਾਹੁੰਦਾ। ਇਹ ਕਹਿ ਰਹੇ ਕਿ ਦੇਸ਼ ਦੀ ਜਨਤਾ ਨੇ ਪ੍ਰਧਾਨ ਮੰਤਰੀ ਬਣਾਇਆ ਉਹਨਾਂ ਨੂੰ, ਇਸ ਲਈ ਰਾਸ਼ਟਰਵਾਦ ਦਾ ਸਰਟੀਫਿਕੇਟ ਆਪਣੇ ਆਪ ਮਿਲ ਗਿਆ। ਗਰੇਵਾਲ ਸਾਹਿਬ ਇਹੀ ਕਹਿ ਰਹੇ। ਸਵਾਲ ਇਹ ਹੈ ਕਿ 55 ਸਾਲ ਫਿਰ ਕਾਂਗਰਸ ਨੇ ਰਾਜ ਕੀਤਾ, ਫਿਰ ਕਾਂਗਰਸ ਤਾਂ ਫਿਰ ਬਹੁਤ ਵੱਡੀ ਰਾਸ਼ਟਰਵਾਦੀ ਹੋਈ। ਪ੍ਰਧਾਨ ਮੰਤਰੀ ਜੀ ਨੇ ਖੁਦ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੇਸ਼ ਭਗਤੀ ਤੇ ਅਸੀਂ ਸ਼ੱਕ ਨਹੀਂ ਕਰ ਸਕਦੇ। ਕਾਂਗਰਸ ਪਾਰਟੀ ਦੇ ਇਸ ਕਰਕੇ ਸਾਡੇ ਦੇਸ਼ ਦੇ ਪੰਜਾਬ ਦੇ ਚੀਫ ਮਿਨਿਸਟਰ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਬੇਇੱਜ਼ਤੀ ਕੀਤੀ ਹੈ, ਜਿਸ ਕਿਸਮ ਨਾਲ ਉਹਨਾਂ ਨੇ ਸ਼ਬਦ ਵਰਤਿਆ, ਇਹਨਾਂ ਨੂੰ ਕੋਈ ਪ੍ਰਧਾਨ ਮੰਤਰੀ ਕਹਿੰਦਾ? ਇਹ ਪ੍ਰਧਾਨ ਮੰਤਰੀ ਦੇ ਸ਼ਬਦ ਹੀ ਨਹੀਂ ਹੈਗੇ। ਲਾਲੂ ਨੇ ਇੱਕ ਵਾਰੀ ਕਿਹਾ ਸੀ, ਗੱਲ ਸੁਣ ਲਓ, ਸਾਨੂੰ ਦੁੱਖ ਨਾ ਕਹਿ ਰਿਹਾ, ਮੈਂ ਜ਼ਿੰਮੇਵਾਰੀ ਨਾ ਕਹਿ ਰਿਹਾ, ਜੋ ਕਰਨਾ ਹੋਊ ਮੈਂ ਕੰਸੀਕਵੈਂਸਿਸ ਬਰਦਾਸ਼ਤ ਕਰ ਲਈ ਜਾ ਰਿਹਾ। ਲਾਲੂ ਨੇ ਇੱਕ ਵਾਰੀ ਇਹਨਾਂ ਨੂੰ ਕਿਹਾ ਕਿ ਕਿਆ ਦੇਸ਼ ਕਾ ਕੋਈ ਪ੍ਰਧਾਨ ਮੰਤਰੀ ਐਸੀ ਬਾਤੇਂ ਕਰਤਾ ਹੈ ਤੇ ਚੱਕ ਕੇ ਉਹਨੂੰ ਜੇਲ੍ਹ ਚ ਸੁੱਟਤਾ, ਤੁਸੀਂ ਸਾਨੂੰ ਵੀ ਸੁੱਟ ਲਓ, ਸਾਨੂੰ ਵੀ ਸੁੱਟ ਲਓ। ਮੈਂ ਨਹੀਂ ਕਹਿੰਦਾ ਕਿਹੜਾ ਇਮਾਨਦਾਰ ਆ, ਮੈਨੂੰ ਦੱਸੋ। ਦੇਸ਼ ਦੀ ਸੁਪਰੀਮ ਕੋਰਟ ਦਾ ਅਪਮਾਨ ਕਰ ਰਹੇ ਹੋ, ਸੁਪਰੀਮ ਕੋਰਟ ਨੇ ਸਜ਼ਾ ਦਿੱਤੀ ਹੈ। ਤੁਸੀਂ ਪ੍ਰੋਫੈਸਰ ਹੋ ਕੇ ਕੰਮ ਕਰ ਰਹੇ ਹੋ, ਬਾਕੀ ਦਿਆਂ ਤੇ ਹੀ ਕੇਸ ਕਰੋ, ਬਾਕੀ ਦਿਆਂ ਤੇ ਕੇਸ ਕਿਉਂ ਨਹੀਂ ਕਰਦੇ? ਮੈਂ ਇੰਨੀ ਗੱਲੇ ਕਰਨੀ ਚਾਹੁੰਦਾ, ਪ੍ਰਧਾਨ ਮੰਤਰੀ ਜੀ ਨੂੰ ਜੇ ਸੱਚੇ ਮੁੱਚੀ ਦੇਸ਼ ਭਗਤੀ ਦਾ ਜਜ਼ਬਾ ਅੰਦਰ ਸੀ ਤੇ ਉਹਨਾਂ ਦੇ ਦਿਲ 'ਚ ਪੀੜਾ ਸੀ, ਉਸ ਪਹਿਲਾਂ ਮੀਟਿੰਗਾਂ ਕਰਦੇ, ਸਾਲ ਤੋਂ ਪਹਿਲਾਂ ਸ਼ੁਰੂ ਕਰਦੇ ਵੀ ਆਪਾਂ ਇੱਥੇ ਐਡਾ ਵੱਡਾ ਫੰਕਸ਼ਨ ਕਰਨਾ ਜਿਹੜਾ ਸਾਰੀ ਦੁਨੀਆ ਯਾਦ ਰੱਖੇ, ਜਿਹੜੀ ਇਹ ਬ੍ਰਿਟਿਸ਼ ਗੌਰਮੈਂਟ ਦੀ ਗੱਲ ਕਰਦੇ, ਉਹਨਾਂ ਨੂੰ ਵੀ ਝਟਕਾ ਲੱਗੇ, ਧੱਕਾ ਲੱਗੇ ਕਿ ਇਹ ਦੇਸ਼ ਫਿਰ ਉੱਠਿਆ ਔਰ ਉਹਨਾਂ ਕੋਲ ਮਾਫ਼ੀ ਮੰਗਵਾ ਕੇ ਰਹੂਗਾ। ਇਹੋ ਜਿਹਾ ਤਾਂ ਕੁਛ ਕੀਤਾ ਨਹੀਂ, ਆਪਣੀ ਪੋਲਿਟਿਕਸ ਕਰ ਰਹੇ ਆ, ਉੱਥੇ ਦੂਜਿਆਂ 'ਤੇ ਦੂਸ਼ਣਬਾਜ਼ੀ ਕਰਦੇ ਆ, ਰੋਜ਼ ਕੋਈ ਘਟੀਆ ਤੋਂ ਘਟੀਆ ਬਿਆਨ ਇਹੋ ਜਿਹਾ ਦੇ ਦਿੰਦੇ ਆ ਜਿਹੜਾ ਸਾਡੀ ਸ਼ਰਮਿੰਦੇ, ਅਸੀਂ ਸ਼ਰਮਿੰਦੇ ਹੁੰਦੇ ਹਾਂ ਸੁਣ ਕੇ, ਤਾੜੀਆਂ ਮਾਰ ਮਾਰ ਕੇ ਸਟੇਜਾਂ 'ਤੇ ਗੱਲਾਂ ਕਰਦੇ। ਇਹ ਕੋਈ ਤਰੀਕਾ ਗੱਲਾਂ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਵਾਂਗੂ ਦੇਖੋ ਸਪੀਚਾਂ, ਕਰੋੜਾਂ ਦੇ ਲੋਕ ਸੁਣਦੇ, ਠੀਕ ਹੈ ਜਿਹੋ ਜਿਹਾ ਸ਼ਰਧਾ ਸਰ, ਇਹ ਤੁਹਾਡੇ ਕਹਿਣ ਨਾਲ ਨਹੀਂ, ਫਿਰ ਉਹਨਾਂ ਨੇ ਸ਼ਰਧਾ ਵਾਲੀ ਗੱਲ ਕਰਵਾਓ ਨਾ, ਫਿਰ ਪ੍ਰਧਾਨ ਮੰਤਰੀ ਵਾਲੀ ਗੱਲ ਕਰਨੀ, ਸਰਕਾਰ ਫਿਰ ਬਣਨੀ ਆ ਦੇਸ਼ ਦੇ ਲੋਕਾਂ ਦੀ ਸ਼ਰਧਾ ਉਹਦੇ ਮੈਂ ਕਹਿੰਦਾ 100 ਸਾਲ ਤੁਹਾਡੀ ਸਰਕਾਰ ਰਹੇ, ਮੈਨੂੰ ਕੀ ਦਿੱਕਤ ਆ? ਮੈਨੂੰ ਕੀ ਦਿੱਕਤ ਆ? ਅੱਜ ਕੋਈ ਸਰਕਾਰ ਦੇ ਕੰਪੀਟੈਂਟ ਨਹੀਂ, ਪਰ ਪ੍ਰਧਾਨ ਮੰਤਰੀ ਲੱਗਣਾ ਚਾਹੀਦਾ। ਉਹ ਸਰਕਾਰ ਤੁਹਾਡੀ ਕਿੱਦਾਂ ਬਣਨੀ ਆ?
ਸਾਡੀ ਕੋਈ ਸ਼ਕਲ ਦੇਖਣੀ ਨਹੀਂ ਚਾਹੁੰਦਾ, ਤੁਹਾਡੀ ਸਰਕਾਰ ਕਿੱਦਾਂ ਬਣਨੀ ਹੈ? ਕਿਹੜਾ ਕੰਮ ਕਿਹੜਾ ਕੀਤਾ ਤੁਸੀਂ? ਤੁਸੀਂ 5 ਸਾਲ ਕੰਮ ਕਿਹੜਾ ਕੀਤਾ? ਸਰਕਾਰ ਬਣਨੀ ਤੁਹਾਡੀ? ਤੁਸੀਂ ਕਹਿੰਦੇ ਤਾਂ ਅਲੱਗ ਤਰ੍ਹਾਂ ਦੀ ਰਾਜਨੀਤੀ ਕਰਦੇ ਹੋ, ਫਿਰ ਕਾਂਗਰਸ ਨਾਲ ਮੱਥੇ ਰੱਖਦੇ ਹੋ, ਸਮਝੌਤਾ ਕਰਦੇ ਹੋ, ਤੁਸੀਂ ਗਰੀਬ ਨੂੰ ਹੋਰ ਗਰੀਬ ਕਰਤਾ, ਧਨ ਜਿਹੜਾ ਸਾਰਾ ਤੁਹਾਡੀ ਸ਼ਹਿਰ ਨਾਲ ਲੋਕ ਇਕੱਠਾ ਕਰਕੇ ਬੈਂਕਾਂ ਲੁੱਟ ਕੇ ਬਾਹਰ ਨੂੰ ਚਲੇ ਗਏ, ਇੱਥੇ ਤੁਸੀਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਗੜਾ ਸਾਹਿਬ ਆਪਾਂ ਡਿਬੇਟ ਤੇ ਰਹੀਏ, ਆਪਾਂ ਡਿਬੇਟ ਤੇ ਨਹੀਂ, ਆਪਾਂ ਇਸ਼ੂ ਤੇ ਰਹੀਏ, ਆਪਾਂ ਇਸ਼ੂ ਤੇ ਰਹੀਏ। ਤੁਸੀਂ ਪਹਿਲਾਂ ਭਾਸ਼ਣ ਦਿੰਦੇ ਆ, ਤੁਹਾਡਾ ਭਾਸ਼ਣ ਰੋਕਣਾ ਦਲੀਲ ਨਾ ਕੱਢੋ, ਪ੍ਰਸਾਦ ਨੂੰ ਨਵਾਂ ਚਾਹ ਚੜਿਆ। ਕੈਪਟਨ ਸਾਹਿਬ ਬੜੇ ਹੀਰੋ ਨੇ, ਜਿਹੜਾ ਬੰਦਾ ਜਿਹੜਾ ਵੀ ਲੀਡਰ ਉਹਨਾਂ ਨੇ ਕਿਹਾ ਕਿ ਮੈਨੂੰ ਇਉਂ ਲੱਗਦਾ ਕਿ ਮੁੱਖ ਮੰਤਰੀ ਦਾ ਅਪਮਾਨ ਹੋਇਆ, ਤੁਹਾਨੂੰ ਲੱਗਦਾ ਮੁੱਖ ਮੰਤਰੀ ਦਾ ਅਪਮਾਨ? ਨਹੀਂ ਉਹ ਠੀਕ ਹੈ, ਉੱਥੋਂ ਤੱਕ ਮੈਂ ਸਹਿਮਤ ਹਾਂ, ਪਰ ਮੁੱਖ ਮੰਤਰੀ ਨੂੰ ਡਿਫੈਂਡ ਹੀ ਕਰੀ ਜਾਣਾ? ਮੈਂ ਤਾਂ ਕਹਿੰਦਾ ਮੁੱਖ ਮੰਤਰੀ ਚਾਹੇ ਬੀਜੇਪੀ ਦਾ ਹੋਵੇ ਚਾਹੇ ਕਾਂਗਰਸ ਹੋਵੇ, ਬਹੁਤਾ ਫਰਕ ਨਹੀਂ, ਦੋਨੇ ਲੋਕਾਂ ਨੂੰ ਲੁੱਟ ਕੇ ਖਾਂਦੇ ਆ, ਕਿਸੇ ਵੀ ਪਾਰਟੀ ਦਾ ਹੋਵੇ, ਦੋਨੇ ਕਰਪਸ਼ਨ ਨਾਲ ਲੱਤਪੱਥ ਨੇ, ਦੋਨੇ ਕਰਪਸ਼ਨ ਨਾਲ ਲੱਤਪੱਥ ਨੇ। ਗਰੇਵਾਲ ਸਾਹਿਬ ਉਹਦੇ ਬਹਿਸ ਦੇ ਵਿੱਚ ਕਹਿੰਦੇ ਸਾਡੀ ਸਰਕਾਰ ਦੁਬਾਰਾ ਆ ਰਹੀ ਆ, ਤੁਸੀਂ ਦੇਖਿਓ ਤਾਂ ਸਹੀ ਤੁਹਾਡਾ ਹਾਲ ਕੀ ਹੁੰਦਾ। ਗਰੇਵਾਲ ਸਾਹਿਬ ਇਹ ਤਾਂ ਕਹਿ ਰਹੇ ਮੁੱਖ ਮੰਤਰੀ ਦਾ ਅਪਮਾਨ ਹੋਇਆ, ਉਹਨਾਂ ਨੇ ਵੀ ਐਡਮਿਟ ਕੀਤੀ ਇਹ ਚੀਜ਼। ਸਵਾਲ ਇਹ ਹੈਗਾ, ਇਕੱਲੇ ਮੁੱਖ ਮੰਤਰੀ ਦਾ ਅਪਮਾਨ ਹੋਇਆ ਜਾਂ ਉਸ ਸ਼ਹਾਦਤ ਦਾ ਅਪਮਾਨ ਵੀ ਹੋਇਆ ਜਿਹੜੀ ਜਲ੍ਹਿਆਂਵਾਲੇ ਬਾਗ ਤੇ ਖੂਨੀ ਸੱਕ ਦੇ 100 ਸਾਲ ਤੇ ਪੀੜਤ? ਮੈਂ ਸਵਾਲ ਤਾਂ ਸੁਣ ਲਓ, ਉਹ ਪੀੜਤ ਅਜੇ ਵੀ ਇੰਤਜ਼ਾਰ ਕਰ ਰਹੇ ਆ, ਉਹਨਾਂ ਨੂੰ ਕੋਈ ਮੁਆਵਜ਼ਾ, ਉਹਨਾਂ ਨੂੰ ਕੋਈ ਰਾਹਤ ਰਾਸ਼ੀ, ਉਹਨਾਂ ਦੀ ਕੋਈ ਗੱਲ ਸੁਣੇਗੀ ਜਾਂ ਕਿ ਨਹੀਂ ਸੁਣੇਗੀ? ਪੂਰੇ ਪੰਜਾਬੀਆਂ ਦਾ ਅਪਮਾਨ ਹੋਇਆ, ਮੈਂ ਇਹ ਕਹਿੰਦਾ, ਇਹਦਾ ਜਵਾਬ ਦੇਣ ਜਿਹੜੀ ਰਾਸ਼ੀ ਉਹਨਾਂ ਨੂੰ ਆਈ ਹੈ, ਇਹ ਜਿਹੜੀ ਇਹ ਕਮੇਟੀ ਬਣੀ ਹੈ ਜਿਹਦੇ ਮੁੱਖ ਮੰਤਰੀ ਸਾਹਿਬ ਵੀ ਪ੍ਰਮੁੱਖ ਨੇ ਜਿਹਦੇ 'ਚ, ਅਤੇ ਉਸ ਕਮੇਟੀ ਨੇ ਖਰਚ ਕਰਨੀ ਹੈ, ਉਹਨਾਂ ਨੇ ਕਿਸ ਤਰ੍ਹਾਂ ਕਰਨੀ ਆ ਇਹ ਉਹਨਾਂ ਨੇ ਦੇਖਣਾ ਹੈਗਾ। ਦੂਸਰਾ, ਮੁੱਖ ਮੰਤਰੀ ਦਾ ਇਹਦੇ 'ਚ ਅਪਮਾਨ ਕਿਸ ਤਰ੍ਹਾਂ ਹੋ ਗਿਆ? ਉਹਨਾਂ ਨੂੰ ਤਾਂ ਬਰਾਬਰ ਸੱਦਾ ਪੱਤਰ ਆ, ਸਰਕਾਰ ਨੇ ਜਾਣਾ ਹੀ ਹੁੰਦਾ, ਉਹਦੇ 'ਚ ਪਾਰਟੀਸਪੇਟ ਕਰਨਾ ਹੁੰਦਾ, ਮੁੱਖ ਮੰਤਰੀ ਜੀ ਉੱਥੇ ਸ਼ਹਿਰ 'ਚ ਹੁੰਦੇ ਹੋਏ ਨਹੀਂ ਜਾ ਰਹੇ, ਅਸੀਂ ਉਹਨਾਂ ਦਾ ਅਪਮਾਨ ਕਰ ਰਹੇ? ਸਰਕਾਰ ਨੇ ਬੁਲਾਇਆ ਸੀ, ਕਿਉਂ ਨਹੀਂ ਬੁਲਾਇਆ? ਸਰਕਾਰ ਦੇ ਕਿਉਂ ਨਹੀਂ ਬੁਲਾਇਆ? ਪੁੱਛ ਲਓ ਇਹਨਾਂ, ਸਰਕਾਰ ਦਾ ਕੋਈ ਵੀ ਕੇਪੀ ਜੀ, ਕੇਪੀ ਜੀ ਇਹ ਬਿਲਕੁਲ ਤਰੀਕਾ, ਮੈਂ ਬਹੁਤ ਇੰਪੋਰਟੈਂਟ ਗੱਲ ਕਹਿਣੀ, ਨਹੀਂ ਨਹੀਂ ਇੱਕ ਮਿੰਟ ਰੁਕੋ, ਜਵਾਬ ਦਈਏ, ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼ ਪਲੀਜ਼ ਪਲੀਜ਼, ਦੇ ਦਾਂਗੇ ਜਵਾਬ। ਨਹੀਂ ਨਹੀਂ, ਸਿਸਟਮ ਦਾ ਵਾਕਈ ਸਵਾਲ ਬੜਾ ਮਹੱਤਵਪੂਰਨ, ਸਿਸਟਮ ਦਾ ਨਹੀਂ ਪਤਾ, ਇੱਕ ਮਿੰਟ ਪਲੀਜ਼। ਪ੍ਰਸ਼ਨ ਜੀ, ਸੁਦੇਸ਼ ਰੋਪੜ, ਮੁੱਖ ਮੰਤਰੀ ਸਾਹਿਬ ਨੂੰ ਉਸ ਪ੍ਰੋਗਰਾਮ ਦਾ ਸੱਦਾ ਆਇਆ ਸੀ? ਮੈਂ ਕਹਿੰਦਾ ਜੀ, ਤੁਸੀਂ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ, ਰੋਪੜ ਸਾਹਿਬ ਜਵਾਬ ਦੋ ਹਾਂ ਜਾਂ ਨਾ, ਬੜਾ ਸਿੰਪਲ ਸਵਾਲ ਹੈ। ਨਹੀਂ ਨਹੀਂ, ਮੈਂ ਮਤਲਬ ਮੁੱਖ ਮੰਤਰੀ ਸਾਹਿਬ ਨੇ ਸਿਆਸਤ ਕੀਤੀ? ਮੈਂ ਕਹਿੰਦਾ ਕੋਈ ਸਿਆਸਤ ਨਹੀਂ ਕੀਤੀ, ਮੈਂ ਤੁਹਾਨੂੰ ਪਹਿਲਾਂ ਕਹਿੰਦਾ ਮੁੱਖ ਮੰਤਰੀ ਤਾਂ 2 ਸਾਲ ਤੋਂ, ਸਾਡਾ ਮੰਤਰੀ 2 ਸਾਲ ਤੋਂ ਪ੍ਰੋਗਰਾਮ ਰੱਖਣ ਵਾਲਾ ਸੀ, ਮੁੱਖ ਮੰਤਰੀ ਸਾਹਿਬ ਨੂੰ ਸਦਾ ਆਇਆ ਸੀ ਕਿ ਨਹੀਂ ਆਇਆ ਸੀ? ਜਦੋਂ ਰੋਪੜ ਸਾਹਿਬ, ਬਹੁਤ ਕਲੀਅਰ ਸਵਾਲ ਹੈ, ਮੁੱਖ ਮੰਤਰੀ ਸਾਹਿਬ ਨੂੰ ਸਦਾ ਮਿਲਿਆ ਸੀ ਕਿ ਨਹੀਂ ਮਿਲਿਆ ਸੀ? ਮੁੱਖ ਮੰਤਰੀ ਦੀ ਗੱਲ ਸੁਣੀ ਸੈਂਟਰ ਨੇ? ਸੱਦੇ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਰੋਪੜ ਸਾਹਿਬ, ਮੁੱਖ ਮੰਤਰੀ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ, ਰੋਪੜ ਸਾਹਿਬ ਸਾਡੇ ਮੰਤਰੀ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ, ਉਹਦੇ ਵਿੱਚ ਉਹਨੂੰ ਕੰਸਲਟ ਹੀ ਨਹੀਂ ਕੀਤਾ ਜਾ ਰਿਹਾ ਵੀ ਕਿਵੇਂ ਉਹਨੂੰ ਮਨਾਉਣਾ ਹੈ। ਗੱਲ ਸੁਣੀ ਜਾ ਨਹੀਂ ਆਏ, ਕਹਿੰਦੇ ਦੱਸ ਰਹੇ ਤੁਸੀਂ ਸਮਝ ਪੜਦੇ ਨਹੀਂ ਸੋ, ਮੈਨੂੰ ਸਮਝ ਨਹੀਂ ਆਉਂਦਾ, ਮੈਂ ਤਾਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਜਦੋਂ ਸਾਡਾ ਮੁੱਖ ਮੰਤਰੀ ਵਾਰ ਵਾਰ ਕਹਿ ਰਿਹਾ ਹੈ ਵੀ ਅਸੀਂ ਇਸ ਸ਼ਤਾਬਦੀ ਨੂੰ ਬੜੇ ਵੱਡੇ ਪੱਧਰ ਤੇ ਮਨਾਉਣਾ ਚਾਹੁੰਦੇ ਆ, ਇੱਕ ਮਿੰਟ ਸੁਣ ਲਓ, ਸਵਾਲ ਸੁਣ ਲਓ, ਤੁਹਾਡੇ ਤੋਂ ਪੁੱਛ ਰਿਹਾ, ਕਿਸੇ ਹੋਰ ਤੋਂ ਨਹੀਂ ਪੁੱਛਦਾ, ਮੈਨੂੰ ਪਤਾ ਤੁਸੀਂ ਇਹ ਤਕਲੀਫ ਤੋਂ ਤੁਹਾਡੇ ਹੈਗੀ ਤਕਲੀਫ, ਮੈਂ ਸਮਝਦਾ ਮੈਂ ਗੱਲ। ਰੋਪੜ ਸਾਹਿਬ, ਸਵਾਲ ਇਹ ਹੈਗਾ, ਮੁੱਖ ਮੰਤਰੀ ਸਾਹਿਬ ਦੀ ਗੱਲ ਨਹੀਂ ਸੁਣੀ
ਪੀਐਮ ਸਾਹਿਬ ਨੇ, ਇਸ ਲਈ ਮੁੱਖ ਮੰਤਰੀ ਸਾਹਿਬ ਨੇ ਰੋਸ ਪ੍ਰਗਟਾਇਆ, ਇਸ ਲਈ ਉੱਥੇ ਨਹੀਂ ਗਏ। ਬਿਲਕੁਲ ਨਹੀਂ ਗਏ, ਸਾਡਾ ਮੰਤਰੀ ਗਿਆ ਪਰ ਸਰਕਾਰੀ, ਅਸੀਂ ਤਾਂ ਕਹਿੰਦੇ ਸਾਡਾ ਮੰਤਰੀ ਗਿਆ, ਸਾਡਾ ਅਸੀਂ ਪ੍ਰੋਟੋਕੋਲ ਨਹੀਂ ਤੋੜਿਆ, ਫਿਰ ਵੀ ਅਸੀਂ ਫਿਰ ਵੀ ਪ੍ਰੋਟੋਕੋਲ ਨੂੰ ਰੱਖਿਆ, ਅਸੀਂ ਆਪਣਾ ਇੱਕ ਮੰਤਰੀ ਰਿਪ੍ਰੈਜ਼ੈਂਟੇਟਿਵ ਭੇਜਿਆ ਸਰਕਾਰ, ਪ੍ਰੋਟੋਕੋਲ ਤੋੜਦੇ ਆ ਸਟੇਟ ਹੈਡ ਸਟੇਟ ਦਾ, ਮੇਰਾ ਮੇਰਾ ਗੱਲ ਨਹੀਂ ਕਰਨਾ ਹੁੰਦਾ, ਮੇਰਾ ਮੇਰਾ ਇਹਨਾਂ ਕਹਿਣਾ ਉਹ ਪ੍ਰੋਟੋਕੋਲ ਮੇਰਾ ਇਹਨਾਂ ਕਹਿਣਾ, ਇੱਕ ਮਿੰਟ ਸਰ ਇੱਕ ਮਿੰਟ, ਜਿਹੜਾ ਉਸ ਏਦੂ ਵੱਡਾ ਸਾਡੇ ਵਾਸਤੇ ਕੋਈ ਸਮਾਗਮ ਹੋ ਹੀ ਨਹੀਂ ਸਕਦਾ, ਅਸੀਂ ਚਾਹੇ ਲੱਖ ਵੱਡੀਆਂ ਵੱਡੀਆਂ ਆਪਦੀਆਂ ਤਿੱਥ ਤਿਉਹਾਰ ਮਨਾਈ ਜਾਈਏ, ਜਿਸ ਜਿਸ ਜਿੱਥੋਂ ਆਜ਼ਾਦੀ ਦੀ ਚਿੰਗਾਰੀ ਲੱਗੀ 1919 ਦਾ ਸਾਕਾ ਹੋਵੇ, ਉੱਥੇ ਸਾਡਾ ਪ੍ਰਧਾਨ ਮੰਤਰੀ ਨਾ ਹੋਵੇ, ਉਸ ਟਰਸਟ ਦਾ ਚੇਅਰਮੈਨ ਹੋਵੇ, ਏਦੂ ਵੱਡੀ ਗੱਲ ਕੀ ਹੋ ਜੂਗੀ, ਫਿਰ ਇਹ ਕਹਿੰਦੇ ਜੀ ਨਹੀਂ ਜੀ ਕੇਪੀ ਸਿੰਘ ਤੋਂ 200 ਮੀਟਰ ਦੂਰੀ ਮੁੱਖ ਮੰਤਰੀ ਗਾਂਧੀ ਨੇ ਕਾਲ ਤੱਕ ਸਭ ਹੈਟੇਰੀ ਕਰਤਾ ਹੋਏ, ਉਹ ਤੁਹਾਡੇ ਲਈ ਵਧੀਆ 200 ਮੀਟਰ ਦੂਰੀ ਤੇ, ਆਪਾਂ ਹੋਰ ਹੀ ਪਾਸੇ ਲੈ ਜਾਂਦੇ ਜੀ, ਕਿਹੜੀ ਕੀਤਾ ਸੀ ਅਮਰ ਕੀ ਕਰ ਰਹੇ ਨੇ ਰੋਪੜ ਸਾਹਿਬ, ਗੇਲ ਸਾਹਿਬ ਆ ਕੀ ਕਰਦੇ ਪਏ, ਆਪਾਂ ਟਾਈਮ ਵੇਸਟ ਕਰਦੇ ਪਏ, ਮੈਂ ਐਕਸ਼ਨ ਕਰਵਾਇਆ ਇੱਕ ਮਿੰਟ ਰੋਪੜ ਸਾਹਿਬ ਲਿਓ ਵੀ ਇੱਕ ਮਿੰਟ ਰੋਪੜ ਸਾਹਿਬ, ਮੈਂ ਕਹਿੰਦਾ ਐਡਵਾਂਸ ਇਹ ਹਰਮਾਨ ਆਈ ਹੈ ਇੱਕ ਮਿੰਟ ਹਰਮਾਨ, ਜਿਹੜੇ ਅੱਜ ਇਹ ਵੀ ਕਹਿੰਦਾ ਕੀ ਕਰਦੇ ਪਏ ਕ੍ਰਿਕਟ ਵਾਂਗੂ ਰੰਗ ਰੋਪੜ ਸਾਹਿਬ, ਅੱਜ ਇਹਨਾਂ ਨੂੰ ਰੋਪੜ ਸਾਹਿਬ ਇੱਕ ਮਿੰਟ ਬਿਲਕੁਲ ਠੀਕ ਕੀਤਾ, ਕੌਣ ਹੁੰਦਾ ਸੈਂਟਰ ਕਿ ਪੰਜਾਬ ਦੇ ਸ਼ਹੀਦਾਂ ਦਾ ਫੰਕਸ਼ਨ ਹੋਵੇ ਤੇ ਪੰਜਾਬ ਗਵਰਨਮੈਂਟ ਨੂੰ ਅੱਗੇ ਲਾ ਕੇ ਇਸ ਫੰਕਸ਼ਨ ਨਾ ਕੀਤਾ ਜਾਵੇ ਔਰ ਦਿੱਲੀ ਵਾਲੇ ਇੱਥੇ ਆ ਕੇ ਫੰਕਸ਼ਨ ਕਰਨ, ਬਿਲਕੁਲ ਬਿਲਕੁਲ ਗਲਤ ਕਰ ਲਿਆ ਸਟੇਟ ਗਵਰਨਮੈਂਟ, ਇਹ ਸਾਰੀਆਂ ਗੱਲਾਂ ਜਿਹੜੀ ਆਪਾਂ ਬਹਿਸ ਕਰ ਰਹੇ ਹਾਂ ਪ੍ਰੋਟੋਕੋਲ ਨਾਲੋਂ ਜਾਂ ਦਿੱਲੀ ਦਾ ਦਿੱਲੀ ਦੇ ਪ੍ਰਧਾਨ ਮੰਤਰੀ ਜਾਂ ਪੰਜਾਬ ਦੇ ਮੁੱਖ ਮੰਤਰੀ, ਇਹਨਾਂ ਸਾਰੀਆਂ ਗੱਲਾਂ ਨਾਲੋਂ ਸ਼ਹੀਦਾਂ ਦਾ ਸਤਿਕਾਰ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਸੀਗੀ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ ਬਹੁਤਾ ਸਮਾਂ, ਕੇਂਦਰ 'ਚ ਬੀਜੇਪੀ ਦੀ ਕਾਫੀ ਦੇ ਸਾਲ ਸਰਕਾਰ ਰਹੀ ਹੈ ਅਤੇ ਕਾਂਗਰਸ ਦੀ ਸਰਕਾਰ ਕਾਫੀ ਦੇ ਰਹੀ ਆ। ਪ੍ਰੋਪਰ ਖੋਜ ਵੀ ਨਹੀਂ ਕਰਵਾਈ ਇਹਨਾਂ ਸਰਕਾਰਾਂ ਨੇ ਕਿ ਉੱਥੇ ਪ੍ਰੋਪਰ ਗਿਣਤੀ ਸ਼ਹੀਦਾਂ ਸਾਹਿਬ, ਮੈਂ ਇਹਦਾ ਸਵਾਲ ਕੀਤਾ ਸੀ, ਇਹਨਾਂ ਨੇ ਆ ਕੇ ਕਰਨਾ ਕੀ ਸੀ ਉੱਥੇ, ਚੀਜ਼ਾਂ ਉਹਨਾਂ ਨੂੰ ਵੱਡੀਆਂ ਕੀ ਕਰਨਾ ਸੀ ਉੱਥੇ, ਪਰਿਵਾਰਾਂ ਨੂੰ ਵੀ ਨਹੀਂ ਸਾਂਭ ਸੰਭਾਲ ਕੀਤੀ ਪਰਿਵਾਰਾਂ ਦੀ, ਕੋਈ ਮਿਊਜ਼ੀਅਮ ਵੀ ਨਹੀਂ ਬਣਾਇਆ, ਇਹ ਇੰਦਰਾ ਗਾਂਧੀ ਦਾ ਕਤਲ ਹੋਇਆ ਨਾ ਘਰੇਲੂ ਮਿਸਮੈਨੇਜਮੈਂਟ ਕਰਕੇ ਹੋਇਆ, ਸਿੱਖਾਂ ਨੇ ਕੀਤਾ, ਉਹਨਾਂ ਦੀ ਉੱਥੇ ਸਾੜੀ ਵੀ ਰੱਖੀ ਹੋਈ ਆ ਜਿਹੜੀ ਉਦਣ ਉਹਨਾਂ ਨੇ ਪਾਈ ਹੋਈ ਸੀ ਜਿੱਦਣ ਮਰਡਰ ਹੋਇਆ। ਰਾਜੀਵ ਗਾਂਧੀ ਦਾ ਮਰਡਰ ਹੋਇਆ, ਉਹਨਾਂ ਦੇ ਬੂਟ ਵੀ ਉੱਥੇ ਮਿਊਜ਼ੀਅਮ 'ਚ ਪਏ ਆ, 10 ਨੰਬਰ ਕੋਠੀ ਨੂੰ ਮਿਊਜ਼ੀਅਮ ਬਣਾਇਆ ਹੋਇਆ, ਇੱਥੇ ਐਡਾ ਵੱਡਾ ਕਤਲੇਆਮ ਹੋਇਆ, ਉਹਦੀ ਕੋਈ ਯਾਦਗਾਰੀ ਨਹੀਂ ਹੈ, ਕੋਈ ਪ੍ਰੋਪਰ ਤਰੀਕੇ ਨਾਲ ਸਾਂਭ ਸੰਭਾਲ ਨਹੀਂ ਹੋ ਰਹੀ, ਈਵਨ ਪਰਿਵਾਰਾਂ ਦੀ ਸਾਂਭ ਸੰਭਾਲ ਵੀ ਨਹੀਂ ਹੋ ਰਹੀ। ਇਹ ਸਾਰੀਆਂ ਗੱਲਾਂ ਵੱਡੀਆਂ ਆ, ਨਾ ਕਿ ਪ੍ਰੋਟੋਕੋਲ ਕਿਹੜਾ ਬੰਦਾ ਸਟੇਜ 'ਤੇ ਚੜ ਗਿਆ ਕਿਹੜਾ ਰਹਿ ਗਿਆ, ਇਹ ਸਾਰੇ ਸਿਆਸਤ ਕਰ ਰਹੇ ਆ, ਸਿਰਫ ਵੋਟਾਂ ਦੇ ਰਹੇ ਆ, ਇਹ ਸਿਰਫ ਵੋਟਾਂ ਦੇ ਅਧਿਕਾਰ ਦੀ ਗੱਲ ਹੈ ਯਾਰ, ਸੂਬਿਆਂ ਦੇ ਅਧਿਕਾਰ ਦੀ ਗੱਲ ਹੈ, ਇੱਥੇ ਸ਼ਹੀਦਾਂ ਦਾ ਸਤਿਕਾਰ ਹੈ। ਬ੍ਰੇਕ ਲੈਣੀ ਆ, ਲੰਬਾ ਹੋ ਗਿਆ ਸੈਗਮੈਂਟ, ਲੰਬਾ ਹੋ ਗਿਆ, ਇੱਕ ਛੋਟਾ ਬ੍ਰੇਕ ਲੈ, ਬ੍ਰੇਕ ਤੋਂ ਵਾਪਸ ਠੀਕ ਹੈ, ਬ੍ਰੇਕ ਤੋਂ ਵਾਪਸ ਆਵਾਂਗੇ। ਸ਼ਹੀਦਾਂ ਦੇ ਮਸਲਾ, ਇੱਕ ਮਿੰਟ ਪਲੀਜ਼, ਮਸਲਾ ਭਗਤੀ ਤੋਂ ਸੰਘੀ ਢਾਂਚੇ ਤੱਕ ਆ ਗਿਆ ਹੈਗਾ, ਸੰਘੀ ਢਾਂਚੇ, ਸੰਘੀ ਢਾਂਚੇ ਦੇ ਸਵਾਲ ਉੱਠ ਰਹੇ ਹੈਗੇ ਆ, ਸੰਘੀ ਢਾਂਚੇ ਦੇ ਵਿੱਚ ਸੂਬੇ ਦੇ ਅਧਿਕਾਰਾਂ ਦਾ ਕਾਣ ਹੋ ਰਿਹਾ, ਇਹ ਸਵਾਲ ਉੱਠਿਆ ਆ, ਬ੍ਰੇਕ ਤੋਂ ਵਾਪਸ ਆ ਕੇ ਪੁੱਛਾਂਗੇ ਜ਼ਰੂਰ। ਕਿਹੜੀ ਭਗਤੀ 'ਚ ਕੌਣ ਉਲਝਿਆ, ਭਗਤੀ ਵਾਲੀ ਸਿਆਸਤ 'ਚੋਂ ਦੇਸ਼ ਦੀ ਜਨਤਾ ਨੇ ਕੀ ਖੱਟਿਆ, ਸਵਾਲ ਅਸੀਂ ਇੱਕੋ ਪੁੱਛ ਰਹੇ ਹਾਂ। ਰਸਮਜੀਤ ਸਿੰਘ, ਪਹਿਲਾਂ ਇੱਕ ਸਵਾਲ ਦਾ ਫਟਾਫਟ ਜਵਾਬ ਦੇ ਦਿਓ, ਜ਼ਿਆਦਾ ਟਾਈਮ ਨਾ ਲਈਓ। ਰਸਮਜੀਤ ਸਿੰਘ, ਜਿਹੜੇ ਸਿਆਸੀ ਧਿਰਾਂ ਦੇ ਕਾਰਕੁਨ ਨੇ ਭਗਤ ਕੌਰ ਤੋਂ ਬਣੇ, ਜਦੋਂ ਕੋਈ ਅਸੀਂ ਸਪੋਰਟ ਕਰਦੇ ਕਹਿੰਦੇ ਭਾਈ ਆਉਂਦਾ ਭਗਤ ਆ, ਆਉਂਦਾ ਭਗਤ ਆ, ਕਿਉਂ?
ਮੈਨੂੰ ਐਵੇਂ ਲੱਗਦਾ ਕਿ ਜਿਹੜਾ ਜਿਸ ਤਰ੍ਹਾਂ ਹੁਣ ਭਗਤੀ ਵਾਲੀ ਗੱਲ ਚੱਲੀ ਹੈ ਕਿ ਪਰਿਵਾਰ ਭਗਤੀ ਆ ਜਾਂ ਦੇਸ਼ ਭਗਤੀ ਆ, ਇਹ ਜਿਹੜਾ ਜਿਹੜੀ ਅੱਜ ਦੀ ਸਾਡੀ ਸਾਰੀ ਬਹਿਸ ਹੈਗੀ ਆ, ਇਹ ਬਿਲਕੁਲ ਇਸ ਗੱਲ ਦੀ ਕੋਈ ਲੋੜ ਹੀ ਨਹੀਂ ਸੀ। ਕਿਹਨੇ ਕਿਹਨੂੰ ਸਰਟੀਫਿਕੇਟ ਦੇ ਦਿੱਤਾ ਜੀ, ਕਿਹੜਾ ਦੇਸ਼ ਭਗਤ ਆ? ਮੈਂ ਕਹਿੰਦਾ ਸੱਚਾ ਦੇਸ਼ ਭਗਤ ਉਹ ਆ ਜੋ ਦੇਸ਼ ਦੇ ਗਰੀਬਾਂ ਲਈ ਕੰਮ ਕਰਦਾ। ਨਹੀਂ ਨਹੀਂ, ਸਵਾਲ ਇਹ ਵੀ ਆ ਪ੍ਰਸ਼ਨ ਮਨਜੀਤ ਸਿੰਘ, ਕੀ ਬੀਜੇਪੀ ਦੇ ਨਾਲ ਪਰਿਵਾਰ ਭਗਤੀ ਵਾਲੇ ਦਲ ਨਹੀਂ ਹੈਗੇ? ਬਿਲਕੁਲ ਹੈ ਕਿ ਬੀਜੇਪੀ ਦੇ ਵਿੱਚ ਵੰਸ਼ਵਾਦ ਨਹੀਂ ਹੈਗਾ? ਸਾਰਾ ਕੁਝ ਹੈ ਕਿ ਫਿਰ ਇਹੋ ਜਿਹਾ ਸਵਾਲ ਕਿਉਂ ਉੱਠਦੇ ਆ? ਹੁਣ ਪ੍ਰਧਾਨ ਮੰਤਰੀ ਦਾ ਆਪਣਾ ਨਹੀਂ ਹੋ ਸਕਦਾ ਕਿ ਉਹਨਾਂ ਦਾ ਵੰਸ਼ ਹੈ ਨਹੀਂ, ਇਸ ਕਰਕੇ ਉਹਨਾਂ ਦਾ ਵੰਸ਼ਵਾਦ ਨਹੀਂ ਹੋ ਸਕਦਾ। ਇੱਕ ਮਿੰਟ, ਐਵੇਂ ਝੂਠੇ ਆਰੋਪ ਨਾ ਲਾਓ। ਪ੍ਰਧਾਨ ਮੰਤਰੀ ਦਾ ਵੰਸ਼ਵਾਦ ਕਿੱਥੋਂ ਹੋਣਾਗਾ ਜਦੋਂ ਉਹਨਾਂ ਦਾ ਵਿਆਹ ਦਾ ਉਹ ਸਟਰਕਚਰ ਹੀ ਹੈਗਾ? ਇਸ ਕਰਕੇ ਉੱਥੇ ਤੇ ਸਵਾਲ ਨਹੀਂ। ਬਾਕੀ ਬਾਕੀ ਨਹੀਂ ਨਹੀਂ ਨਹੀਂ, ਆ ਖੜੇ ਹੋ ਰਹੇ ਆ ਸਾਰਿਆਂ ਦੇ ਪਰਿਵਾਰ ਦਾ ਕੋਈ ਆਇਆ ਕੋਈ ਨਹੀਂ, ਦੇ ਗਾਂ ਬੱਚੇ ਖੜੇ ਹੁੰਦੇ ਆ। ਵਰਿੰਦਰ ਨੇ ਆਪਣਾ ਰਿਜ਼ਾਈਨ ਕੀਤਾ, ਉਹ ਇੱਕ ਬੀਬਾ ਬੰਦਾ ਬੀਜੇਪੀ ਦਾ ਜਿਹਨੇ ਆਪਣੇ ਮੁੰਡੇ ਨੂੰ ਖੜਾ ਕਰਕੇ ਕੀਤਾ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਪਰਿਵਾਰ ਦੇ ਆਇਆ ਕੋਈ ਭਾਈ ਅੱਗੇ ਨਹੀਂ ਵਰਤਣ ਉਹ ਮੇਰਾ ਸਿੱਧਾ ਆਇਆ ਅਜੇ ਤੇ ਬੀਜੇਪੀ ਦੇ ਵੰਸ਼ਵਾਦ ਨਾਲ ਕੋਈ ਕੋਈ ਨਾਤਾ ਨਹੀਂ ਹੈਗਾ। ਸਨੀ ਲੌਸ ਬਿਲਕੁਲ ਨਹੀਂ, ਬੀਜੇਪੀ ਦੇ ਵੰਸ਼ਵਾਦ ਨਾਲ ਕੋਈ ਨਾਤਾ ਨਹੀਂ, ਬੀਜੇਪੀ ਦੇ ਨਾਲ ਜਿਹੜੇ ਸਹਿਯੋਗੀ ਦਲ ਆ ਉਹਨਾਂ ਦਾ ਵੰਸ਼ਵਾਦ ਨਾਲ ਕੋਈ ਨਾਤਾ ਨਹੀਂ। ਦੇਖੋ ਸਾਡੇ ਰਾਜਨੀਤਿਕ ਗਠਜੰਬਨ ਨੇ ਬਾਦਲ ਪਰਿਵਾਰ ਦਾ ਨਹੀਂ ਹੈਗਾ, ਵੰਸ਼ਵਾਦ ਨਹੀਂ ਹੈਗੇ। ਨਕਾਰ ਰਹੇ ਹੋ ਤੁਸੀਂ, ਨਕਾਰ ਰਹੇ ਹੋ ਤੁਸੀਂ ਗਰੇਵਾਲ ਸਾਹਿਬ, ਨਕਾਰ ਰਹੇ ਹੋ ਗਰੇਵਾਲ ਸਾਹਿਬ ਤੁਸੀਂ ਤੁਸੀਂ ਬਹੁਤ ਅੱਜ ਬਹੁਤ ਜ਼ਿਆਦਾ ਤੁਸੀਂ ਡਿਫੈਂਡ ਕਰ ਰਹੇ ਹੋ ਅਕਾਲੀ ਦਲ ਨੂੰ। ਅੱਜ ਕੀ ਗੱਲ ਹੋ ਗਈ? ਡਿਫੈਂਡ ਕੀ ਹੁਣ? ਡਿਫੈਂਡ ਨਹੀਂ ਅਕਾਲੀ ਦਲ ਨੂੰ, ਮੈਂ ਇਸ ਜਵਾਬ ਕੀ ਦਈਏ ਤੁਹਾਨੂੰ? ਸਾਨੂੰ ਤਾਂ ਸਮਝ ਨਹੀਂ ਆ ਰਹੇ, ਤੁਸੀਂ ਸਵਾਲ ਕਿਸ ਪਾਸੇ ਲੈ ਕੇ ਜਾਂਦੇ ਹੋ? ਕੀ ਜਵਾਬ ਦਈਏ ਤੁਹਾਨੂੰ? ਜਿਹੜੀ ਗੱਲਾਂ ਸਾਰਾ ਮਸਲਾ ਦੇਸ਼ ਭਗਤੀ ਦਾ ਹੈ, ਪਰਿਵਾਰ ਭਗਤੀ ਦਾ ਨਹੀਂ ਹੈਗਾ, ਉੱਤੇ ਫੋਕਸ ਰੱਖੋ ਜਿਹੜੀ ਗੱਲ ਹੈ। ਗਿੱਲ ਸਾਹਿਬ ਤੁਸੀਂ ਦੱਸ ਦਿਓ, ਮੈਂ ਗਿੱਲ ਸਾਹਿਬ ਤੋਂ ਸੁਣ ਲਈਏ ਕਿਹੜਾ ਫੋਕਸ ਰੱਖਣਾ। ਗਿੱਲ ਸਾਹਿਬ ਦੱਸੋ ਜੀ। ਮੈਂ ਤਾਂ ਸਿਰਫ ਇੱਕ ਚੀਜ਼ ਤੇ ਰੱਖਦਾ ਫੋਕਸ, ਤੁਹਾਨੂੰ ਰਿਕੁਐਸਟ ਹੈ। 100 ਸਾਲ ਸਾਕੇ ਦਾ ਹੋ ਗਿਆ, ਜ਼ਿੰਮੇਵਾਰ ਮੈਂ ਪਹਿਲਾਂ ਹੀ ਕਹਿਤਾ, ਸਾਰੀ ਸਿਆਸੀ ਪਾਰਟੀਆਂ ਜ਼ਿੰਮੇਵਾਰ ਨੇ। ਸੋ ਜਿੰਨਾ ਕੁ ਆਪਣੇ ਜੋਗੇ ਹੈਗੇ ਆਪਾਂ ਸਾਰੇ, ਜੇ ਉਹਨਾਂ ਸ਼ਹੀਦਾਂ ਨੂੰ ਜਾਂ ਸ਼ਰਧਾਂਜਲੀ ਦੇ ਸਕਦੇ ਹਾਂ ਸ਼ਬਦਾਂ ਦੇ ਰੂਪ 'ਚ, ਦੇ ਰਹੇ ਸਾਹਿਬ ਸ਼ਬਦਾਂ ਦੇ ਰੂਪ 'ਚ, ਸਿਆਸੀ ਤੌਰ ਤੇ ਕਿਸੇ ਦੇ ਨੁਕਸ ਕੱਢਨੇ ਆ, ਕਿਸੇ ਦਾ ਕੁਝ ਕਰਨਾ। ਸਵਾਲ ਤੁਹਾਡੇ ਤੋਂ ਸਿੰਪਲ ਕਰੀ ਜਾ ਰਿਹਾ, ਤੁਸੀਂ ਸਿਆਸਤ ਲਈ ਤੁਸੀਂ ਉਹਨਾਂ ਚੀਜ਼ਾਂ ਨੂੰ ਮਾਰਨ ਲਈ ਕੀਤਾ ਕੀ ਹੈ? ਮੈਂ ਤਾਂ ਕਹਿੰਦਾ ਸਾਰੇ ਦੋਸ਼ੀ ਨੇ। ਕਿਸ ਦੋਸ਼ੀਆਂ ਦੇ ਫਿਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾ? ਦੋਸ਼ ਸਾਰੇ ਦੋਸ਼ੀ ਕਿਉਂ ਨਹੀਂ ਮਿਲਣੀ ਚਾਹੀਦੀ ਦੋਸ਼ੀਆਂ ਨੂੰ ਸਜ਼ਾ? ਦੋਸ਼ੀਆਂ ਨੂੰ ਸਵਾਲ ਕਿਉਂ ਨਾ ਪੁੱਛੀ ਅਸੀਂ? ਦੇ ਸਵਾਲ ਕਿਉਂ ਨਾ ਪੁੱਛੀਏ? ਸਵਾਲ ਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ। ਸੰਗੜਾ ਸਾਹਿਬ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ, ਗੱਲ ਹੀ ਨਹੀਂ ਕਰਦਾ। ਸਵਾਲ ਜਿਹੜਾ ਤੁਸੀਂ ਪੁੱਛਿਆ ਸੀਗਾ ਕਿ ਉਹਨਾਂ ਪਰਿਵਾਰਾਂ ਲਈ ਕੀ ਕੀਤਾ ਹੈ ਸਿਆਸਤ ਨੇ, ਮੈਂ ਇਹੀ ਸਵਾਲ ਪਹਿਲਾਂ ਕੀਤਾ ਸੀ ਇਹਨਾਂ ਨੇ, ਉੱਥੇ ਅੱਗੇ ਕਰਨਾ ਕੀ ਸੀ? ਅਸੀਂ ਰੋਲਾ ਕਿਉਂ ਪਾਈ ਜਾਂਦੇ ਉਹਨਾਂ ਨੂੰ ਆਉਣਾ ਚਾਹੀਦਾ ਸੀ? ਆਹ ਗੱਲ ਹੈ ਨਹੀਂ, ਜਦੋਂ ਕੋਈ ਵੀ ਵੱਡਾ ਆਗੂ ਕਿਤੇ ਆਉਂਦਾ ਆ ਤੇ ਉਹਦੇ ਤੋਂ ਆਸ ਕੀਤੀ ਜਾਂਦੀ ਆ ਕਿ ਉਹ ਕੋਈ ਹੋਰ ਨਹੀਂ, ਉਹਨਾਂ ਨੇ ਕਹਿਣਾ ਇਲੈਕਸ਼ਨ ਕਮਿਸ਼ਨ ਸਾਨੂੰ ਕੁਝ ਨਹੀਂ ਕਰਨ ਦਊਗਾ, ਚੋਣਾਂ ਚੱਲ ਰਹੀਆਂ ਆ। ਬਾਅਦ ਚ ਵੀ ਕੀਤਾ ਜਾ ਸਕਦਾ ਸੀ, ਪਰ ਉਹਨਾਂ ਦਾ ਆਹ ਤਰੀਕਾ ਸੀ, ਇੱਕ ਬਹਾਨਾ ਸੀਗਾ ਬਹੁਤ ਵਧੀਆ। ਨਹੀਂ, ਇਕੱਲਾ ਐਲਾਨ ਨਾ ਕਰਦੇ ਉੱਥੇ ਕੋਈ ਹੋਰ ਕਿਸੇ ਵੀ ਪ੍ਰੋਗਰਾਮ ਦਾ, ਉਹ ਬਾਅਦ ਚ ਕੀਤਾ ਜਾ ਸਕਦਾ ਸੀਗਾ। ਬਟ ਜਿਹੜੇ ਵੀ ਟਰੱਸਟ ਦੇ ਮੁਖੀ ਹੈ ਔਰ ਐਡਾ ਵੱਡਾ ਸਾਕਾ ਹੋਵੇ, ਕੋਈ ਰਸਮੀ ਗੱਲਬਾਤ ਥੋੜੀ ਰੱਟਾ ਨੀ, ਜਦੋਂ ਅਸੀਂ ਤਾਂ ਇਸ ਜਿਹੇ ਵੱਡੇ ਸਮਾਗਮਾਂ ਦੀਆਂ ਤਿਆਰੀਆਂ ਹੋਰ ਕੁਝ ਨਹੀਂ ਸਾਲ ਸਾਲ ਡੇਢ ਦੋ ਸਾਲ ਪਹਿਲਾਂ ਹੋ ਗਿਆ। ਸਾਲ ਰੋਪੜ ਸਾਹਿਬ, ਇੱਕ ਮਿੰਟ ਰੋਜੋ, ਰੋਪੜ ਸਾਹਿਬ ਇੱਕ ਬੜੇ ਰੋਪੜ ਸਾਹਿਬ 100 ਸਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਸਿਆਸਤ ਯਾਦ ਆ? ਇੱਕ ਮਿੰਟ, ਡਾਕਟਰ ਮਨਮੋਹਨ ਸਿੰਘ ਵੀ 100 ਸਾਲ ਬਾਅਦ ਝੂਠ ਦੇ ਆ, ਉਸ ਇਲਾਕੇ ਨਾਲ ਸੰਬੰਧਿਤ ਹੈਗੇ ਆ, ਉੱਥੋਂ ਤੁਸੀਂ ਚੋਣਾਂ ਲੜਾਉਣ ਲਈ ਉਹਨਾਂ ਨੂੰ ਬੇਨਤੀਆਂ ਕਰਦੇ ਰਹੇ ਜਾ ਕੇ, ਤੇ ਉਹਨਾਂ ਨੇ ਕੀ ਕੀਤਾ 10 ਸਾਲਾਂ ਦੇ ਵਿੱਚ? ਉਹ ਟਰੱਸਟ ਦੇ ਪ੍ਰਧਾਨ ਹੋ ਵੀ ਰਹੇ ਆ। 100 ਸਾਲ ਤੋਂ ਬਾਅਦ ਕਿਉਂ ਯਾਦ? 100 ਸਾਲ ਆ ਗਿਆ ਤੇ ਤੁਹਾਨੂੰ ਸਿਆਸਤ ਯਾਦ ਆ ਗਈ ਸਾਰਿਆਂ ਨੂੰ? ਮੈਂ ਦੇਖੋ ਗੱਲ ਇਹ ਹੈ, ਦੇਖੋ ਗੱਲ ਇਹ ਹੈ, ਜਦੋਂ ਤੱਕ ਜੋ ਬਣਦਾ ਮਨਮੋਹਨ ਸਿੰਘ ਵੀ ਉੱਥੇ ਕਰਦੇ ਰਹੇ, ਆਉਂਦੇ
ਵੀ ਰਹੇ ਆ ਔਰ ਉੱਥੇ ਆ ਕੇ ਪ੍ਰੋਗਰਾਮ ਵੀ ਕਰਦੇ ਰਹੇ ਆ। ਮੈਂ ਕਹਿੰਦਾ ਸਿੱਧੂ ਸਾਹਿਬ ਦੀਆਂ ਚਿੱਠੀਆਂ ਜ਼ਿਕਰ ਤੁਸੀਂ ਕਰ ਰਹੇ ਸੀਗੇ, ਆਉਂਦੇ ਵੀ ਰਹੇ ਆ ਸਾਹਿਬ ਦੀਆਂ ਚਿੱਠੀਆਂ ਜਿਹੜਾ ਜ਼ਿਕਰ ਤੁਸੀਂ ਕਰ ਰਹੇ ਸੀ ਰੋਪੜ ਸਾਹਿਬ, ਰੋਪੜ ਸਾਹਿਬ ਕਾਂਗਰਸ ਨੇ ਕੀ ਕੀਤਾ ਜਲਿਆਂਵਾਲੇ ਬਾਗ ਦੇ ਸਾਕੇ ਤੇ? ਕਾਂਗਰਸ ਨੇ ਕੀ ਕੀਤਾ? 50 ਸਾਲ ਵੀ ਹੋਏ, 75 ਸਾਲ ਵੀ ਹੋਏ, 100 ਸਾਲ ਹੋ ਗਏ। ਦੇਖੋ ਕਾਂਗਰਸ ਪਾਰਟੀ ਤਾਂ ਉਹ ਜਲਿਆਂਵਾਲੇ ਬਾਗ ਦੇ ਵਿੱਚ ਉਹ ਮੂਵਮੈਂਟ ਲੜੀ ਕਾਂਗਰਸ ਪਾਰਟੀ ਰਹੀ ਸੀ, ਇਸ ਕਰਕੇ ਜਲਿਆਂਵਾਲੇ ਬਾਗ ਦੀ ਗੱਲ ਹੈ। ਕਾਂਗਰਸ ਪਾਰਟੀ ਉਹ ਕਾਂਗਰਸ ਨਹੀਂ ਸੀ, ਉਹ ਕਾਂਗਰਸ ਆਜ਼ਾਦੀ ਵਾਸਤੇ ਕਾਂਗਰਸ ਬਣਾਈ ਗਈ ਸੀ, ਆਜ਼ਾਦੀ ਵਾਸਤੇ ਕਾਂਗਰਸ ਬਣਾਈ ਗਈ ਸੀ। ਤੁਸੀਂ ਜਲਿਆਂਵਾਲੇ ਬਾਗ ਦੇ ਸਾਕੇ ਤੇ ਵੀ ਕਾਂਗਰਸ ਪਾਰਟੀ ਰੋਪੜ ਜੀ, ਆਪਾਂ ਇਸ ਤਰ੍ਹਾਂ ਜਿਹੜੀ ਪ੍ਰੈਕਟੀਕਲ ਗੱਲ ਉੱਥੇ ਦੀ ਹੈ, ਜੋ ਕੁਛ ਵੀ ਹੋਇਆ, ਦੋ ਕਮਿਸ਼ਨ ਉੱਥੇ ਅਸਟੈਬਲਿਸ਼ ਹੋਏ, ਇੱਕ 28 ਦਿਨ ਕਾਂਗਰਸ ਗਾਂਧੀ ਜੀ ਖੁਦ ਹੋਰ ਜਿਹੜੇ ਜੂਰਿਸਪਰੂਡੈਂਸ ਤੋਂ ਬੰਦੇ ਸੀ ਉਹਨਾਂ ਨੂੰ ਲੈ ਕੇ ਕਮਿਸ਼ਨ ਬਣਿਆ, ਇੰਡੀਅਨ ਨੈਸ਼ਨਲ ਕਾਂਗਰਸ ਨੇ ਬਣਾਇਆ। 28 ਦਿਨ ਪੰਜਾਬ ਦੇ ਵਿੱਚ ਰਹੇ, 1700 ਕੇਸ ਉਹਨਾਂ ਨੇ ਰਿਕਾਰਡ ਕੀਤੇ। ਮੈਂ ਕਹਿੰਦਾ ਉਹ ਸਾਰੇ ਕੇਸ ਲੈ ਆਓ, INC ਦੇ ਉੱਥੇ ਆਰਕਾਈਵ ਦੇ ਵਿੱਚ ਸਾਰੇ ਪਏ ਹੋਣੇ ਆ। ਹੰਟਰ ਕਮਿਸ਼ਨ ਬਣਿਆ ਜਿਹੜਾ ਅੰਗਰੇਜ਼ਾਂ ਨੇ ਬਣਾਇਆ, ਉਹਨਾਂ ਨੇ ਵੀ ਇੰਟਰਵਿਊ ਲਈਆਂ ਸਾਰੀਆਂ, ਕੀ ਕੇਸ ਹੋਇਆ ਉਹਦੀ ਤਹਿਕੀਕਾਤ, ਉਹ ਸਾਰੇ ਕੇਸ ਲੈ ਕੇ ਉਹ ਬੰਦਿਆਂ ਨੂੰ ਟਰੇਸ ਕਰਕੇ ਸਾਰਾ ਕੁਝ ਉਸ ਨੂੰ ਇੱਕ ਚੰਗੇ ਢੰਗ ਦੇ ਨਾਲ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨਾਂ ਇੱਕ ਰਿਚੁਅਲ ਅਤੇ ਇਕੱਲੀ ਇਹੋ ਜਿਹੀ ਪੋਲੀਟਿਕਸ ਦੇ ਉੱਤੋਂ ਕੁਛ ਨਹੀਂ ਮਿਲਣਾ, ਉਹ ਸਾਰੇ ਨੂੰ ਰਿਵਾਈਵ ਕਰਕੇ ਜਿੱਥੇ ਜਿੱਥੇ ਬੰਦਿਆਂ ਤੱਕ ਪਹੁੰਚਣਾ ਚਾਹੁੰਦੇ। ਗਰੇਵਾਲ ਸਾਹਿਬ, ਲਾਸਟ ਪੁਆਇੰਟ ਤੁਹਾਡੇ ਜੀ, ਗਰੇਵਾਲ ਸਾਹਿਬ ਇਹ ਸਿਆਸਤ ਤਾਂ ਹੋ ਗਈ, ਮੋਦੀ ਸਾਹਿਬ ਨੇ ਵੀ ਕਰ ਲਈ, ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰ ਲਈ, ਰਾਹੁਲ ਗਾਂਧੀ ਨੇ ਵੀ ਕਰ ਲਈ, ਸਾਰਿਆਂ ਨੇ ਕਰ ਲਈ। ਸਵਾਲ ਇਹ ਹੈਗਾ ਜਿਹੜੇ ਪੀੜਤ ਹੈਗੇ ਆ ਜਾਂ ਜਿਹੜਾ ਤੁਸੀਂ ਇਨਸਾਫ ਦੇਣਾ ਹੈਗਾ, ਉਹਦੇ ਲਈ ਕੋਈ ਕਦਮ ਚੁੱਕੋਗੇ ਕਿ ਸਿਰਫ ਸਿਆਸਤ ਕਰੋ? ਇਸ ਤਰ੍ਹਾਂ ਜਿਹੜੀ ਇਹ ਕਮੇਟੀ ਬਣੀ ਹੋਈ ਹੈ, ਕਦਮ ਇਸ ਨੇ ਚੁੱਕਣਾ, ਔਰ ਇਹਨਾਂ ਨੂੰ ਪੈਸਾ ਵੀ ਆ ਗਿਆ, ਹੋਰ ਵੀ ਆ ਜਾਊਗਾ। ਔਰ ਦੂਸਰੀ ਗੱਲ ਜਿਹੜੀ ਆ, ਅੱਜ ਤੱਕ 25 ਸਾਲ ਵੀ ਹੋਏ ਇਸ ਸਾਕੇ ਨੂੰ, 75 ਸਾਲ ਵੀ ਹੋਏ ਅਤੇ 50 ਸਾਲ ਵੀ ਹੋਏ, ਉਸ ਵੇਲੇ ਕੋਈ ਪ੍ਰਧਾਨ ਮੰਤਰੀ ਕਿਆ ਆਇਆ, ਕਿਆ ਕਿਸੇ ਨੇ ਪੈਸਾ ਦਿੱਤਾ? ਪਹਿਲੀ ਵਾਰ ਸਾਡੀ ਸਰਕਾਰ ਨੇ, ਨਰਿੰਦਰ ਮੋਦੀ ਜੀ ਨੇ ਉਹ ਪੈਸੇ ਭਿਜਵਾਏ ਆ, ਔਰ ਪਹਿਲੀ ਵਾਰ ਇਹਨਾਂ ਨੂੰ ਅਧਿਕਾਰ ਦਿੱਤਾ ਇਸ ਕਮੇਟੀ ਨੂੰ ਕਿ ਤੁਸੀਂ ਇਹਦੇ 'ਤੇ ਕਾਰਵਾਈ ਕਰੋ, ਅੱਗੇ ਜੋ ਵੀ ਕਰਨਾ ਇਹ ਇਹਨਾਂ ਦਾ ਕੰਮ ਆ, ਸਾਰੇ ਕੰਮ ਪ੍ਰਧਾਨ ਮੰਤਰੀ ਥੋੜ੍ਹਾ ਕਰਦਾ ਹੁੰਦਾ। ਸਮਰਜੀਤ ਸਿੰਘ, ਤੁਸੀਂ ਸੰਘੀ ਢਾਂਚੇ ਦੀ ਗੱਲ ਕਰ ਰਹੇ ਸੀ, ਲਾਸਟ ਪੁਆਇੰਟ ਤੁਹਾਡੇ ਚਾਹੀਦੇ, ਫਟਾਫਟ ਮੈਂ ਪ੍ਰੋਗਰਾਮ ਖਤਮ ਕਰਾਂ। ਪੈਸੇ ਸਿਰਫ ਸੈਂਕਸ਼ਨ ਹੋਏ ਆ, ਪੈਸੇ ਦਿੱਤੇ ਨਹੀਂ, ਤਰਲੇ ਕਢਾਏ ਆ, ਔਰ ਚੀਫ ਮਿਨਿਸਟਰ ਦੇ ਉੱਤੇ ਪੈਸੇ ਆਏ ਹੋਏ ਆ, ਉਹ 20 ਕਰੋੜ ਉੱਥੋਂ ਰਿਲੀਜ਼ ਕਰਨ ਦੀ ਗੱਲ ਕੀਤੀ, ਉਹ ਵੀ ਪਤਾ ਨਹੀਂ ਪਹੁੰਚਿਆ ਕਿ ਨਹੀਂ ਪਹੁੰਚਿਆ, 100 ਕਰੋੜ ਸੈਂਕਸ਼ਨ ਹੋਇਆ ਸਰ, ਸੈਂਕਸ਼ਨ ਮੈਨੂੰ ਪਤਾ ਹੈ, ਰੋਜ਼ ਅਖਬਾਰਾਂ 'ਚ ਅਖਬਾਰਾਂ 'ਚ ਪੜ੍ਹਦੇ ਆ, 100 ਕਰੋੜ ਨਹੀਂ ਪਹੁੰਚਿਆ, ਨਹੀਂ 20 ਕਰੋੜ 20 ਕਰੋੜ ਦੀ ਗੱਲ ਹੋਈ ਹੈ। ਆਪਣਾ ਜਾ ਕੇ ਸਿੱਧਾ ਫੰਕਸ਼ਨ ਉੱਥੇ ਕਰਨਾ, ਇਹ ਪੰਜਾਬ ਦੀ ਤੁਹੀਨ ਹੈ, ਪੰਜਾਬੀਆਂ ਦੀ ਤੁਹੀਨ ਹੈ, ਸ਼ਹੀਦਾਂ ਦੀ ਤੁਹੀਨ ਹੈ, ਇਹ ਬਹੁਤ ਹੀ ਲੋ ਲੈਵਲ ਦਾ ਸੈਂਟਰ ਵੱਲੋਂ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸਵਾਲ ਇੱਕੋ ਹੀ ਹੈ, ਸ਼ਹੀਦਾਂ ਲਈ ਕਿੰਨਾ ਸਿੱਧਾ? ਇਸ ਸਵਾਲ 'ਤੇ ਡਿਬੇਟ ਖਤਮ ਕਰ ਰਹੇ ਹਾਂ ਅਸੀਂ, ਇਹ ਸਿਆਸਤ ਨੇ ਆਪਣੀਆਂ ਸਿਆਸੀ ਰੋਟੀਆਂ ਸੇਕ ਲੀਆਂ ਹੈਗੀਆਂ। ਸਵਾਲ ਉਹਨਾਂ
ਸ਼ਹੀਦ ਪਰਿਵਾਰਾਂ ਦਾ ਹੈਗਾ, ਉਹਨਾਂ ਪੀੜਤਾਂ ਦਾ ਹੈਗਾ ਜਿਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਗਾ, ਉਹਨਾਂ ਲਈ ਇਨਸਾਫ਼ ਦੀ ਮਿਸਾਲ ਕੌਣ ਚੁਕਾਏਗਾ, ਇਨਸਾਫ਼ ਦੀ ਜੋਤ ਕੌਣ ਚੁਕਾਏਗਾ? ਸਵਾਲ ਉੱਥੇ ਆ ਕੇ ਰੁਕਦਾ ਹੈਗਾ, ਜਦੋਂ ਉਹਨਾਂ ਦੇ ਸਵਾਲ ਪੁੱਛੇ ਜਾਣ ਲੱਗ ਪੈਣਗੇ ਫਿਰ ਅਸੀਂ ਸਮਝਾਂਗੇ ਕਿ ਡਿਬੇਟ ਸਾਰਥਕ ਹੋ ਰਹੀ ਹੈ, ਨਹੀਂ ਤਾਂ ਸਿਆਸੀ ਸਵਾਲ ਪੁੱਛੇ ਜਾ ਰਹੇ ਆ ਅਤੇ ਪੁੱਛੇ ਜਾਂਦੇ ਰਹਿਣਗੇ। ਬਹੁਤ ਧੰਨਵਾਦ।